ਸਤਿ ਸ਼੍ਰੀ ਅਕਾਲ ਲੋਕਾਂ ਨੂੰ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਰਾਜਪੁਰ। ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਜਿੰਦਰ ਜੀ, ਧੰਨਵਾਦ ਤੁਹਾਡਾ ਜੀ। ਦੋਸਤੋ, ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਜਿਸ ਤਰੀਕੇ ਦੇ ਨਾਲ ਜਾਂ ਕਹਿ ਲਓ ਕਿ ਸਰਕਾਰ ਜਾਂ ਵਿਰੋਧੀ ਧਿਰ ਵਿਚਰ ਰਹੀ ਹੈ, ਉਹਦੇ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ। ਜਿਹੜੇ ਪੰਜਾਬ ਦੇ ਸਭ ਤੋਂ ਅਹਿਮ ਇਸ਼ੂ ਹੈ ਜਿਨ੍ਹਾਂ ਨੂੰ ਪ੍ਰਾਇਓਰਿਟੀ ਬਣਦੀ ਸੀ ਵਿਰੋਧੀ ਧਿਰ ਦਾ, ਉਹਨਾਂ ਇਸ਼ੂਆਂ ਨੂੰ ਚੁੱਕਣਾ ਜਾਂ ਫਿਰ ਸਰਕਾਰ ਦਾ ਵਿਰੋਧੀ ਧਿਰ ਦਾ ਬਿਨਾਂ ਚੁੱਕੇ ਸਵਾਲਾਂ ਨੂੰ, ਉਹਨਾਂ ਮਸਲਿਆਂ ਤੋਂ ਉਹਨੂੰ ਹੱਲ ਕਰਨਾ, ਪਰ ਉਸ ਪਾਸੇ ਵੱਲ ਤੋਂ ਹੁਣ ਕੋਈ ਧਿਆਨ ਨਹੀਂ ਕਿਸੇ ਦਾ ਹੈਗਾ ਕਿ ਸਾਡਾ ਜਿਹੜਾ ਫਰਜ਼ ਸੀ, ਸਾਡਾ ਫਰਜ਼ ਕੀ ਸੀ ਤੇ ਹੁਣ ਜੋ ਕਰਨ ਤੇ ਲੱਗੇ ਹੋਏ ਨੇ, ਇਹਨੂੰ ਨਾਮ ਦਿੱਤਾ ਜਾ ਸਕਦਾ ਸਿਆਸਤ ਦਾ। ਤਾਂ ਇੱਕ ਖਬਰ ਹੈਗੀ ਹੈ ਕਿ ਚੰਨੀ ਵਿਜੀਲੈਂਸ ਅੱਗੇ ਪੇਸ਼ ਹੋਈ। ਚੰਨੀ ਦੇ ਉੱਤੇ ਇਲਜ਼ਾਮ ਹੈ ਕਿ ਜਿਹੜੀ ਜਾਇਦਾਦ ਹੈ ਚੰਨੀ ਸਾਹਿਬ ਕੋਲੇ, ਉਹ ਆਮਦਨ ਤੋਂ ਵੱਧ ਹੈ, ਉਹਦੇ ਤੇ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਸੈਂਟਰ ਦੇ ਨਾਲ ਇੱਕ ਵੱਡਾ ਰੇੜਕਾ, ਪਹਿਲਾਂ ਕਾਂਗਰਸ ਦਾ ਉਹੀ ਰੇੜਕਾ ਸੀ, ਉਹੀ ਰੇੜਕਾ ਹੁਣ ਆਮ ਆਦਮੀ ਪਾਰਟੀ ਦਾ ਰੇੜਕਾ, ਉਹ ਕੀ ਹੈ ਉਹਦੇ ਤੇ ਵੀ ਹੈ ਜਿਹੜੀ ਹੈਗੀ ਆਪਾਂ ਕਿੰਨਾ ਚਿਰ ਆਸਾਨੀ ਕਰਾਂਗੇ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਇੱਕ ਗੱਲ ਚੱਲਦੀ ਹੈ ਕਿ ਬਾਦਲ ਜਾਂ ਕਹਿ ਲਓ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਭਾਜਪਾ, ਗੱਠਜੋੜ ਹੋਊਗਾ ਉਹਨਾਂ ਦਾ ਜਾਂ ਗੱਠਜੋੜ ਨਹੀਂ ਹੋਊਗਾ, ਇਹਦੇ ਤੇ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਇੱਕ ਸੁਖਜਿੰਦਰ ਰੰਧਾਵਾ ਦੀ ਇੱਕ ਕਿਸੇ ਚੈਨਲ ਦੇ ਜਿਹੜੇ ਪੱਤਰਕਾਰ ਸੀ ਉਹਨਾਂ ਦੇ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਜਾਂਦੇ ਹੋਏ, ਉਹਦੇ 'ਤੇ ਵੀ ਗੱਲਬਾਤ ਕਰਾਂਗੇ। ਤਾਂ ਪਰਮਿੰਦਰ ਜੀ, ਸਭ ਤੋਂ ਪਹਿਲਾਂ ਜਿਹੜੀ ਅਹਿਮ ਖਬਰ ਹੈ ਉਹ ਆਪਾਂ ਚੰਨੀ ਸਾਹਿਬ ਵਾਲੀ ਖਬਰ ਲੈ ਲੈਂਦੇ ਹਾਂ। ਤੇ ਚੰਨੀ ਸਾਹਿਬ ਪੇਸ਼ ਹੋਏ, ਤੀਜੀ ਵਾਰ ਉਹ ਪੇਸ਼ ਹੋਏ, ਕਹਿੰਦੇ ਕਿ ਜਿਹੜੀ ਜਾਇਦਾਦ ਹੈ ਉਹ ਆਮਦਨ ਤੋਂ ਵੱਧ ਹੈ, ਤੁਹਾਡੇ 'ਤੇ ਕਾਰਵਾਈ ਹੋਊਗੀ ਜੀ। ਗੁਰਜਿੰਦਰ ਜੀ, ਮੈਂ ਤਾਂ ਇੱਕ ਗੱਲ ਕਰਨੀ ਚਾਹੂੰਗਾ, ਜੇ ਲੋਕਤੰਤਰ ਦੀ ਆਪਾਂ ਗੱਲ ਕਰਦੇ ਨਾ, ਜਿੱਥੇ ਕਿਤੇ ਲੋਕਤੰਤਰ ਹੁੰਦਾ ਤਾਂ ਲੋਕਾਂ ਦੀ ਗੱਲ ਹੁੰਦੀ ਹੈ, ਲੋਕਾਂ ਦਾ ਤੰਤਰ। ਤੇ ਲੋਕਤੰਤਰ ਦੇ ਵਿੱਚ ਜਦੋਂ ਆਪਾਂ ਸਿਆਸੀ ਪਿੜ ਦੀ ਗੱਲ ਕਰੀਏ, ਵੀ ਸਿਆਸਤ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਨਾ, ਉਹ ਸੱਤਾ ਦੇ ਵਿੱਚ ਬੈਠਦੇ ਨੇ, ਲੋਕ ਉਹਨਾਂ ਨੂੰ ਬਿਠਾਉਂਦੇ ਨੇ, ਵੋਟ ਰਾਜ ਹੁੰਦਾ, ਵੋਟਾਂ ਪੈਂਦੀਆਂ ਨੇ, ਚੁਣਦੇ ਨੇ ਨੁਮਾਇੰਦੇ ਚੁਣ ਕੇ, ਤੇ ਲੋਕ ਅਗਵਾਈ ਕਰਨ ਦੇ ਲਈ ਆਪਣੇ ਸਿਰ ਦਾ ਤਾਜ ਬਣਾ ਕੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਭੇਜਦੇ ਆ। ਤੇ ਹੁਣ ਜਦੋਂ ਗੱਲ ਆਉਂਦੀ ਹੈ ਇਸ ਤਰ੍ਹਾਂ ਦੇ ਘਪਲਿਆਂ ਦੀ, ਇੱਦਾਂ ਦੇ ਘਪਲੇ ਵੀ ਸਭ ਤੋਂ ਵੱਧ ਲੋਕਤੰਤਰ ਰਾਜ ਦੇ ਵਿੱਚ ਦੇਖੇ ਜਾ ਰਹੇ ਨੇ, ਜਿੱਥੇ ਜਿੱਥੇ ਲੋਕਤੰਤਰ ਹੈਗਾ ਉੱਥੇ, ਮਤਲਬ ਐਂ ਕਹਿ ਲਓ ਕਿ ਸਿਆਸਤਦਾਨਾਂ ਨੇ ਆਪਣੇ ਕੁਰਬੇ ਪਾਲਣ ਦੇ ਲਈ ਸੱਤ ਸੱਤ ਦਸ ਦਸ ਪੁਸਤਕਾਂ ਤੱਕ ਦਾ ਪੈਸਾ ਇਕੱਠਾ ਕਰ ਲਿਆ। ਹੁਣ ਇਹ ਨਹੀਂ ਸਮਝ ਆਉਂਦੀ ਕਿ ਪੈਸਾ ਕਿੱਥੋਂ ਆਇਆ ਉਹਨਾਂ ਕੋਲ, ਕਿੱਥੇ ਇਹਨਾਂ ਨੇ ਬਿਜ਼ਨਸ ਖੋਲ੍ਹੇ। ਜੇ ਆਪਾਂ ਗੱਲ ਕਰੀਏ ਕਿ ਜਿਵੇਂ ਮੋਦੀ ਨੇ ਕਿਹਾ ਸੀ ਕਾਲਾ ਧਨ ਦਾ ਇੱਕ ਇੱਕ ਪੈਸਾ ਲੈ ਆਵਾਂਗੇ ਸਵਿਸ ਬੈਂਕ ਦੇ ਵਿੱਚ, ਨੇ ਉਹਨੂੰ ਕਿਹਨਾਂ ਦਾ ਪੈਸਾ ਸਵਿਸ ਬੈਂਕ ਦੇ ਵਿੱਚ ਹੈ? ਜੇ ਕਾਰਪੋਰੇਟਾਂ ਦਾ ਮੰਨੀਏ ਤਾਂ ਕਾਰਪੋਰੇਟਾਂ ਦਾ ਪੈਸਾ ਸਵਿਸ ਬੈਂਕ ਦੇ ਵਿੱਚ ਚਲਾ ਕਿਵੇਂ ਗਿਆ? ਜਾਂ ਸਰਕਾਰਾਂ ਇੱਥੇ ਨੇ, ਕੰਟਰੋਲ ਇੱਥੇ ਹੈ, ਜੇ ਕੰਟਰੋਲ ਇੱਥੇ ਹੈ ਤਾਂ ਪੈਸਾ ਬਾਹਰ ਕਿਵੇਂ ਚਲਾ ਜਾਂਦਾ ਹੈ? ਇਹ ਸਾਰੀਆਂ ਚੀਜ਼ਾਂ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸਿਆਸਤਦਾਨਾਂ ਦਾ ਸਿੱਧਾ ਜਾਂ ਅਸਿੱਧਾ ਹੱਥ ਕਿਸੇ ਵੀ ਤਰ੍ਹਾਂ ਦੇ ਘਪਲੇ, ਕਿਸੇ ਤਰ੍ਹਾਂ ਦੀ ਹੇਰਾ ਫੇਰੀ ਜਾਂ ਅੱਡੇ ਵੱਡੇ ਲੈਵਲ ਦੇ ਉੱਤੇ ਪੈਸੇ ਦਾ ਲੈਣ ਦੇਣ ਹੁੰਦਾ, ਤਾਂ ਸਿਆਸਤਦਾਨਾਂ ਦਾ ਹੱਥ ਤਾਂ ਹੁੰਦਾ ਹੀ ਹੁੰਦਾ, ਇਹਦੇ ਵਿੱਚ ਕੋਈ ਦੋਰਾਵਾਂ ਹੈ ਨਹੀਂ, ਕਿਉਂਕਿ ਕੰਟਰੋਲ ਇਹਨਾਂ ਕੋਲ ਹੁੰਦਾ, ਲੋਕ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਐਡਾ ਵਿਸ਼ਵਾਸ ਕਰਕੇ ਉੱਪਰ ਭੇਜ ਦਿੰਦੇ ਆ, ਕੁਰਸੀਆਂ ਤੇ ਬਿਠਾ ਦਿੰਦੇ ਆ, ਤੇ ਸਾਰਾ ਪ੍ਰਸ਼ਾਸਨ ਇਹਨਾਂ ਦੇ ਅੰਡਰ ਹੁੰਦਾ, ਹਰ ਇੱਕ ਚੀਜ਼, ਜਾਂਚ ਏਜੰਸੀਆਂ ਕੀ, ਸੁਰੱਖਿਆ ਏਜੰਸੀਆਂ, ਠੀਕ ਹੈ, ਜਿਹੜੀਆਂ ਸਤਰਕ ਹੁੰਦੀਆਂ ਨੇ, ਸੁਚੇਤ ਕਰਦੀਆਂ ਨੇ, ਇੰਟੈਲੀਜੈਂਸੀ ਵਰਗੀਆਂ ਸਾਰੀਆਂ ਚੀਜ਼ਾਂ ਇਹਨਾਂ ਦੇ ਅੰਡਰ ਹੁੰਦੀਆਂ ਨੇ, ਜਿਹਨਾਂ ਨੂੰ ਪਲ ਪਲ ਦੀ ਖ਼ਬਰ ਹੁੰਦੀ ਹੈ, ਹਾਈ ਟੈਕਨੋਲੋਜੀ ਹੈ, ਸਾਰਾ ਕੁਛ ਹੈਗਾ। ਹੁਣ ਸਾਰਾ ਕੁਛ ਇੱਕ ਪਾਸੇ ਰੱਖ ਦਈਏ ਜੀ, ਚਲੋ ਮੰਨ ਲਿਆ ਕਿ ਆਮ ਆਦਮੀ ਪਾਰਟੀ ਸਰਕਾਰ ਹੈ, ਉਹ ਕਹਿੰਦੀ ਹੈ ਕਿ ਘਪਲੇ ਹੋਏ ਆ, ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਈ ਹੈ, ਕੀ ਚੰਨੀ ਕੀ ਹੋਰ ਜਿੰਨੇ ਦੇ ਵੀ ਨਾਵਾਂ ਦਾ ਖੁਲਾਸਾ ਹੋ ਰਿਹਾ, ਜਾਂ ਵਿਜੀਲੈਂਸ ਜਿਹਨਾਂ ਨੂੰ ਸੱਦ ਰਹੀ ਹੈ, ਸਾਰਿਆਂ ਦੀ ਗੱਲ ਕਰਦੇ ਹਾਂ। ਜੇ ਉਹ ਕਹਿ ਰਹੇ ਆ ਕਿ ਵਿਜੀਲੈਂਸ ਜਾਂਚ ਕਰੇਗੀ, ਆਪਾਂ ਇੱਕ ਗੱਲ ਮੰਨਦੇ ਵੀ ਹੈਗੇ ਵੀ ਸਾਜ਼ਿਸ਼ੀ ਕੀੜਾ ਹੁੰਦੀਆਂ ਨੇ, ਸਿਆਸੀ ਸਾਜ਼ਿਸ਼ਾਂ ਵੀ ਹੁੰਦੀਆਂ ਨੇ, ਉਹ ਵੀ ਨਿਭਾਉਂਦੀ ਹਰੇਕ ਪਾਰਟੀ। ਆਪਾਂ ਅੱਜ ਮੰਨ ਲਈਏ ਕਿ ਆਮ ਆਦਮੀ ਪਾਰਟੀ ਵੀ ਇੱਦਾਂ ਕੁਛ ਕਰ ਰਹੀ ਹੋਊਗੀ, ਤਾਂ ਫਰਜ਼ ਕੀ ਬਣਦਾ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਰਿਹਾ ਹੋਵੇ ਬੰਦਾ ਚੰਨੀ, ਜਾਂ
ਮੰਤਰੀ ਕੈਬਨਿਟ ਮਿਨਿਸਟਰ ਹੋਣ, ਚਾਹੇ ਅਕਾਲੀ ਦਲ ਦੇ, ਚਾਹੇ ਕਾਂਗਰਸੀਆਂ ਦੇ, ਜਾਂ ਚਾਹੇ ਅਕਾਲੀਆਂ ਵੱਲੋਂ ਕੋਈ ਉਪ ਮੁੱਖ ਮੰਤਰੀ, ਗ੍ਰਹਿ ਮੰਤਰੀ ਜਾਂ ਕੋਈ ਵੀ ਕਿਸੇ ਵੀ ਲੈਵਲ ਦਾ ਇੱਦਾਂ ਦੇ ਮੰਤਰੀ ਰਹੇ ਨੇ, ਜੇ ਉਹਨਾਂ ਨੂੰ ਵਿਜੀਲੈਂਸ ਸੱਦਦੀ ਹੈ ਤਾਂ ਵਿਜੀਲੈਂਸ ਜਾਣ ਤੋਂ ਪਹਿਲਾਂ ਇਹ ਬੰਦੇ ਆਪਣਾ ਫਰਜ਼ ਪੂਰਾ ਕਿਉਂ ਨਹੀਂ ਕਰਦੇ ਕਿ ਲੋਕਤੰਤਰ ਰਾਜ ਹੈ, ਜਨਤਾ ਦਾ ਰਾਜ ਹੈ, ਤਾਂ ਜਨਤਾ ਦੇ ਵਿੱਚ ਆ ਕੇ ਆਪਣਾ ਖੁਲਾਸਾ ਕਿਉਂ ਨਹੀਂ ਕਰਦੇ? ਜੇ ਸੱਚੇ ਸੁੱਚੇ ਨੇ ਸਿੱਧੇ ਤੌਰ ਤੇ ਆ ਕੇ ਗੱਲ ਕਰਨ ਕਿ ਆਹ ਸਾਡੀਆਂ ਜਾਇਦਾਦਾਂ ਨੇ, ਆਹ ਸਾਡੇ ਬਿਜ਼ਨਸ ਨੇ, ਸਾਡੇ 10 ਸਾਲ ਪੁਰਾਣੇ ਬਿਜ਼ਨਸ ਨੇ, ਸਾਡੇ 50 ਸਾਲ ਪੁਰਾਣੇ ਬਿਜ਼ਨਸ ਨੇ, ਸਾਡੀ ਪੁਸ਼ਤੈਨੀ ਜ਼ਮੀਨ ਹੈ, ਇਹਦੀਆਂ ਆਹ ਗਰਦੌਰੀਆਂ ਨੇ, ਆਹ ਕਾਗਜ਼ ਨੇ, ਡਾਕੂਮੈਂਟ ਨੇ, ਸਭ ਕੁਛ ਕਿਉਂ ਨਹੀਂ ਜਨਤਕ ਕਰ? ਸਿਆਸੀ ਸਾਜ਼ਿਸ਼ਾਂ ਦਾ ਪਤਾ ਲੱਗ ਜਾਵੇ, ਨਾਲੇ ਜਨਤਾ ਦਾ ਰਾਜ ਹੈ ਨਾ, ਫਿਰ ਜਨਤਾ ਦੇ ਸਾਹਮਣੇ ਆਉਣ 'ਚ ਇਹਨਾਂ ਨੂੰ ਦੁੱਖ, ਸ਼ਰਮ ਜਾਂ ਹਿਚਕਚਾਹਟ ਕਿਉਂ ਹੁੰਦੀ ਹੈ? ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹ ਵੀ ਤਾਂ ਜਨਤਾ ਨੂੰ ਜੱਫੀਆਂ ਹੀ ਪਾਉਂਦੇ ਨੇ, ਸਾਰਿਆਂ ਨੂੰ ਨਾ ਕਰਨ। ਹਾਲਾਂਕਿ ਟੈਕਨੋਲੋਜੀ ਇੱਡੀ ਵੱਡੀ ਹੈ ਕਿ ਤੁਸੀਂ ਇੱਕ ਥਾਂ 'ਤੇ ਬੈਠ ਕੇ ਪੂਰੇ ਵਿਸ਼ਵ ਨੂੰ ਕੰਟਰੋਲ ਕਰ ਲੈਂਦੇ ਹੋ, ਪੂਰੇ ਵਿਸ਼ਵ ਨੂੰ ਦੱਸ ਸਕਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਕੀ ਹੈ, ਸਬੂਤ ਪੇਸ਼ ਕਰ ਸਕਦੇ। ਚਲੋ ਨਾ ਕਰੋ ਤੁਸੀਂ, ਘੱਟੋ ਘੱਟ ਜਿਹੜੇ ਹਲਕੇ ਦੇ ਵਿੱਚ ਬੈਠੇ ਹੋ, ਜਿੱਥੋਂ ਲੜਦੇ ਹੋ, ਜਿਹੜੇ ਲੋਕਾਂ ਨੇ ਤੁਹਾਨੂੰ ਵਿਸ਼ਵਾਸ ਕਰਕੇ ਜਿੱਤਾ ਆ, ਉੱਥੇ ਹੀ ਜਨਤਕ ਕਰ ਦਿਓ ਸਾਰਾ ਕੁਛ। ਜਨਤਾ ਦੇ ਵਿੱਚ ਕਿਉਂ ਨਹੀਂ ਆਉਂਦੇ ਇਹ ਕਾਗਜ਼ ਲੈ ਕੇ ਆਪਣੇ? ਕਿਉਂ ਨਹੀਂ ਦੱਸਦੇ ਕਿ ਸਾਡੇ ਨਾਲ ਏਦਾਂ ਸਾਜਿਸ਼ ਹੋ ਰਹੀ ਹੈ, ਸਾਡੇ ਕੋਲ ਜਿਹੜੀ ਜ਼ਮੀਨ ਦਾ, ਜਿਹੜੇ ਉਦਯੋਗ ਦਾ, ਜਿਹੜੇ ਕੋਠੀ ਦਾ, ਜਿਹੜੀ ਕਿਸੇ ਚੀਜ਼ ਦਾ ਵੀ ਐਲੀਗੇਸ਼ਨ ਲੱਗ ਰਿਹਾ, ਆਹ ਕਾਗਜ਼ ਪਏ ਨੇ, ਇਹ ਸਾਡੇ 50 ਸਾਲ ਪੁਰਾਣੇ ਨੇ, ਇਹ 40 ਸਾਲ ਪੁਰਾਣੇ ਨੇ, ਇਹ ਸਾਡੇ ਪੁਰਖਾਂ ਦੀ ਹੈ, ਉਹ ਕਿਉਂ ਨਹੀਂ ਦੱਸਦੇ? ਬਿਜ਼ਨਸ ਚੱਲੇ ਆ ਤਾਂ ਕੋਈ ਟੈਕਸ ਭਰਿਆ ਹੋਊ, ਕੋਈ GST, ਕੋਈ ਹੋਰ, ਉਹ ਸਾਰਾ ਕੁਛ ਪੇਸ਼ ਕਰ ਦੇਣ, ਕੋਈ ਲੋਨ ਲਏ ਹੋਣਗੇ, ਕੋਈ ਕੁਛ ਤਾਂ ਕਰਿਆ ਹੀ ਹੋਊਗਾ ਨਾ, ਸਾਰਾ ਕੁਛ ਕਲੀਅਰ ਕਰ ਦੇਣ। ਜਦੋਂ ਜਨਤਾ ਦਾ ਨਾ ਸਾਰਾ ਕੁਛ, ਤਾਂ ਪੈਸਾ ਵੀ ਲੁੱਟਣ, ਜਿਹੜਾ ਲੁੱਟਿਆ ਗਿਆ ਉਹ ਵੀ ਸਰਕਾਰਾਂ ਕਹਿੰਦੇ ਜਨਤਾ ਦਾ ਲੁੱਟਿਆ, ਜਨਤਾ ਨੂੰ ਲੁੱਟ ਕੇ ਖਾ ਕੇ, ਠੀਕ ਹੈ ਨਾ? ਤੇ ਤੁਸੀਂ ਜੇ ਬਣਾਇਆ ਹੈ, ਤੁਸੀਂ ਵੀ ਜਨਤਾ ਜਾਣੇ ਹੋ, ਜਨਤਾ ਨੇ ਤੁਹਾਨੂੰ ਬਣਾਇਆ, ਫਿਰ ਤੁਸੀਂ ਪ੍ਰਤੱਖ ਕਿਉਂ ਨਹੀਂ ਹੁੰਦੇ? ਗੱਲ ਇਹ ਸਮਝ ਤੋਂ ਬਾਹਰ ਜੇ ਵਿਜੀਲੈਂਸ ਸੱਦਦੀ ਹੈ, ਇਹ ਤਾਂ ਹੁਣ ਅੱਗੇ ਹੌਲੀ ਹੌਲੀ ਜਿਵੇਂ ਪੇਸ਼ੀਆਂ ਪੈਂਦੀਆਂ ਨੇ, ਪ੍ਰੈਸ ਕਾਨਫਰੰਸਾਂ ਹੋਣਗੀਆਂ, ਕੋਈ ਕੁਛ ਦੱਸਦਾ, ਕੋਈ ਭਗਤ ਦੱਸਦਾ, ਕੋਈ ਅੰਨੇ ਭਗਤ ਦੱਸਦਾ, ਦੱਸੀ ਜਾਓ ਭਾਈ, ਕੁਛ ਨੀ ਫਰਕ ਪੈਂਦਾ। ਅਮਿੰਦਰ ਜੀ, ਇਹਦੇ ਤੁਸੀਂ ਜੀ ਇਹਦੇ ਚ ਦਰਅਸਲ ਜੋ ਕੁਛ ਹੁਣ ਪੰਜਾਬ ਦੇ ਵਿੱਚ ਚੱਲ ਰਿਹਾ ਵੈਸੇ, ਜਾਂ ਇਹਨਾਂ ਨੂੰ ਲੱਗਦਾ ਹੋਊਗਾ, ਸਰਕਾਰ ਨੂੰ ਲੱਗਦਾ ਹੋਊਗਾ, ਜਾਂ ਜਿਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ, ਜਾਂ ਫਿਰ ਉਹਨਾਂ ਨੂੰ ਲੱਗਦਾ ਹੋਊਗਾ ਕਿ ਅਸੀਂ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਮੁਹਿੰਮ ਚਲਾਈ ਹੋਈ ਹੈ, ਅਸੀਂ ਪੰਜਾਬ ਦਾ ਪੈਸਾ ਕੱਢਣ 'ਤੇ ਲੱਗੇ ਹੋਏ ਹਾਂ। ਸਰਕਾਰਾਂ ਨੂੰ ਐਂ ਲੱਗਦਾ, ਜਾਂ ਜਿਹਨਾਂ 'ਤੇ ਕਾਰਵਾਈ ਹੋਈ ਹੈ ਉਹਨਾਂ ਨੂੰ ਲੱਗਦਾ ਕਿ ਲੋਕਾਂ ਨੂੰ ਪਤਾ ਨਹੀਂ ਹੈਗਾ ਅੰਦਰ ਖਾਤੇ ਹੋ ਕੀ ਰਿਹਾ, ਜਿਹੜਾ ਸਾਡੇ ਗਲ ਦੇ ਵਿੱਚ ਢੋਲ ਪਾਇਆ ਹੋਇਆ, ਇਸ ਢੋਲ ਨੂੰ ਅਸੀਂ ਜਿੱਥੇ ਜੀ ਕਰੇ ਇਹਨੂੰ ਅਸੀਂ ਉੱਥੇ ਪਿੱਟ ਲਈਏ, ਲੋਕਾਂ ਨੂੰ ਕਿਹੜਾ ਪਤਾ? ਅੱਜ ਤੋਂ 15 ਦਿਨ ਪਹਿਲਾਂ ਦੀ ਗੱਲ ਹੈ, ਤੁਹਾਡੇ ਖ਼ਬਰ ਧਿਆਨ 'ਚ ਹੋਊਗੀ ਕਿ ਇੱਕ ਖਿਡਾਰੀ, ਉਹ ਕਹਿੰਦਾ ਕਿ ਮੈਂ IPL ਖੇਡਿਆ, ਮੈਂ ਫਲਾਣਾ ਖੇਡਿਆ, ਮੈਂ ਟਮਕਾਣਾ ਖੇਡਿਆ, ਚਲੋ ਆਪਣੇ ਉਹ ਪਿਤਾ ਸ਼੍ਰੀ ਨੂੰ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੰਸ ਕਰਦਾ ਕਿ ਚੰਨੀ ਸਾਹਿਬ ਦੇ ਇੱਕ ਰਿਸ਼ਤੇਦਾਰ ਨੇ ਮੈਥੋਂ 2 ਕਰੋੜ ਮੰਗੇ ਸੀ, 2 ਕਰੋੜ ਦਾ ਮੈਨੂੰ ਭੁਲੇਖਾ ਪੈ ਗਿਆ, ਮੈਂ ਤਾਂ 2 ਲੱਖ ਲੈ ਕੇ ਚਲਾ ਗਿਆ। ਇੱਕ ਮੈਚ ਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਭਗਵੰਤ ਮਾਨ ਨੂੰ ਮਿਲਿਆ ਧਰਮਸ਼ਾਲਾ ਦੇ ਵਿੱਚ ਹਿਮਾਚਲ ਦੇ ਵਿੱਚ, ਉੱਥੇ ਸਾਰੀ ਗੱਲ ਹੋਊਗੀ। ਜਦੋਂ ਮਾਨ ਸਾਹਿਬ ਨੂੰ ਪਤਾ ਲੱਗਿਆ, ਮਾਨ ਸਾਹਿਬ ਨੇ ਟਵੀਟ ਕਰਤਾ ਕਿ 2 ਵਜੇ ਤੱਕ ਚੰਨੀ ਸਾਹਿਬ ਸਾਰੇ ਖੁਲਾਸੇ ਕਰ ਦੇ, ਨਹੀਂ ਅਸੀਂ ਖੁਲਾਸੇ ਕਰ ਦਾਂਗੇ। ਚੰਨੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਆਹ ਸਾਰਾ ਸਿਸਟਮ ਹੈਗਾ, ਜੋ ਤੁਹਾਡੇ ਕੋਲ ਹੈਗਾ ਕਰ ਲਿਓ, ਜੇ ਮੈਂ ਦੋਸ਼ੀ ਹਾਂ ਤਾਂ ਮੈਨੂੰ ਫੜ ਲਿਓ। ਪ੍ਰੈਸ ਕਾਨਫਰੰਸ ਹੋ ਗਈ, ਰੱਜ ਕੇ ਢੋਲ ਪਿੱਟਿਆ ਗਿਆ, ਸਾਰੇ ਮੀਡੀਆ ਦੇ ਉੱਪਰ ਰੱਜ ਕੇ ਖ਼ਬਰਾਂ ਚਲਾਈ ਗਈਆਂ ਕਿ ਚੰਨੀ ਸਾਹਿਬ ਦੇ ਖਿਲਾਫ਼ ਮਾਨ ਸਾਹਿਬ ਨੇ ਬਾਪ ਪੁੱਤ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕਰਤੀ। ਚਲੋ ਪ੍ਰੈਸ ਕਾਨਫਰੰਸ ਕਰਤੀ, ਕਰੈਕਟਰ ਅਸੈਸੀਨੇਟ ਕਰਦਾ ਚਰਨਜੀਤ ਚੰਨੀ ਦਾ। ਉਸ ਤੋਂ 4 ਦਿਨ ਬਾਅਦ ਕੀ ਹੁੰਦਾ, ਇੱਕ RTI ਪੈਂਦੀ ਹੈ ਵਿਜੀਲੈਂਸ ਦੇ ਵਿੱਚ, ਉਸ RTI ਦੇ ਵਿੱਚ ਮੰਗ ਲਿਆ ਜਾਂਦਾ ਕਿ ਜਿਹੜੀ ਚੰਨੀ ਦੇ ਖਿਲਾਫ਼ 2 ਕਰੋੜ ਦਾ ਮਾਮਲਾ ਸੀ ਉਹਦੀ ਕੰਪਲੇਨ ਕਿਸਨੇ ਕੀਤੀ ਸੀ। ਵਿਜੀਲੈਂਸ ਪਰਮਿੰਦਰ ਜੀ ਹੱਥ ਖੜੇ ਕਰ ਦਿੰਦੀ ਹੈ ਕਿ ਚੰਨੀ ਵਾਲੇ ਕਿਸੇ ਕੇਸ ਦੀ ਤਾਂ ਸਾਡੇ ਕੋਲ ਕੰਪਲੇਨ ਹੀ ਨਹੀਂ ਆਈ, ਇਸ ਤੋਂ ਵੱਡਾ ਝੂਠ ਕੀ ਹੋਊਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ। ਵਿਜੀਲੈਂਸ ਕਹਿ ਰਹੀ ਹੈ ਕਿ ਜਿਹੜਾ ਕੇਸ ਸਭ ਤੋਂ ਵੱਧ ਉਹ ਕੀਤਾ ਗਿਆ, ਉਸ ਕੇਸ ਦੀ ਸਾਡੇ ਕੋਲ ਕੰਪਲੇਂਟ ਨਹੀਂ ਹੈਗੀ, ਤੇ ਕੇਸ ਕਿੱਥੇ ਆ ਉਹ, ਯਾਨੀ ਕਿ ਝੂਠ ਦੇ ਉੱਤੇ ਕੇਸ ਬੰਨਿਆ। ਦੂਜੀ ਗੱਲ, ਜੇਕਰ ਭ੍ਰਿਸ਼ਟਾਚਾਰ, ਸਰਕਾਰ ਕਹਿੰਦੀ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ਼ ਕੰਮ ਕਰਨਾ, 2 ਦਿਨ ਤੋਂ ਇੱਕ ਡਰਾਮਾ ਚੱਲ ਰਿਹਾ ਪੰਜਾਬ ਦੇ ਵਿੱਚ ਕਿ ਅਸੀਂ 55 ਲੱਖ ਵਸੂਲਣਾ, ਅਸੀਂ 17 ਲੱਖ ਵਸੂਲਣਾ, ਤੁਸੀਂ ਪੈਸੇ ਵਸੂਲ ਲਿਓ, ਤੁਸੀਂ ਰੰਧਾਵੇ ਤੋਂ ਲੈ ਲਿਓ,
ਤੁਸੀਂ ਕੈਪਟਨ ਤੋਂ ਲੈ ਲਿਓ, ਤੁਸੀਂ ਕੈਪਟਨ ਦੇ ਮੁੰਡੇ ਤੋਂ ਲੈ ਲਿਓ ਰਣਿੰਦਰ ਤੋਂ ਪੈਸੇ, ਵਕੀਲਾਂ ਨੂੰ ਪੇ ਕਰ ਦਿਓ। ਐਡਵੋਕੇਟ ਉਸ ਸਮੇਂ ਜਿਹੜੇ ਸੀ ਉਹਨਾਂ ਨੇ ਵੱਡੇ ਵੱਡੇ ਵਕੀਲ ਹਾਇਰ ਕਰਕੇ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ। ਚੰਗਾ ਕੰਮ ਹੈ, ਤੁਸੀਂ ਕਰੋ, ਪਰ ਇਸ ਕੇਸ ਦੀ ਪੜਤਾਲ ਕੌਣ ਕਰੂਗਾ? ਇਸ ਕੇਸ ਦੇ ਵਿੱਚ ਜਿਹੜੇ ਵੱਡੇ ਨਾਮ ਨੇ ਕਿਵੇਂ ਉੱਥੋਂ ਆਇਆ, ਕਿਉਂਕਿ ਇਹ ਕੇਸ CBI ਦਾ ਜਿਹੜਾ CBI 'ਚ ਜਾਂਚ ਹੈ ਉਸ ਕੇਸ ਦੀ ਡਿਮਾਂਡ ਕਰਦਾ, ਐਡਾ ਵੱਡਾ ਕੇਸ ਹੈ। ਜਿਹੜੇ ਤਾਂ ਵਿੱਚ ਵੱਡੇ ਦੋਸ਼ੀ ਨੇ ਉਹ ਤਾਂ ਹੁਣ ਸਰਕਾਰ ਦੇ ਵਿੱਚ ਤੁਹਾਡੇ ਨਾਲ ਨੇ, ਤੁਸੀਂ ਸਿਰਫ ਨਿਸ਼ਾਨਾ ਬਣਾ ਰਹੇ ਹੋ ਪੋਲੀਟੀਸ਼ਨਾਂ ਨੂੰ, ਤਾਂ ਕਰਕੇ ਸਾਨੂੰ ਵੋਟ ਪਵੇ। ਜਿਹੜੇ ਉਸ ਕੇਸ ਦੇ ਵਿੱਚ ਇਨਵੋਲਵ ਨੇ ਉਹ ਤੁਹਾਡੇ ਸਰਕਾਰ ਦੇ ਵਿੱਚ ਹਿੱਸਾ ਬਣੇ ਹੋਏ ਨੇ, ਜਿੱਥੋਂ ਸਾਰੀ ਜੜ ਸ਼ੁਰੂ ਹੁੰਦੀ ਹੈ। ਉਸ ਗੱਲ 'ਤੇ ਤੁਸੀਂ ਅੱਗੇ ਨਹੀਂ ਤੁਰਦੇ। ਵਿਜੀਲੈਂਸ ਕਹਿੰਦੀ ਕਿ ਚੰਨੀ ਵਾਲੇ 2 ਕਰੋੜ ਦੀ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਹੈਗੀ। ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵਿਜੀਲੈਂਸ ਕਹਿੰਦੇ ਆ ਕੰਪਲੇਂਟ ਹੈ ਨਹੀਂ, ਤਾਂ ਵਿਜੀਲੈਂਸ ਨੇ ਮੇਰੇ ਖਿਆਲ ਨਾਲ ਵੀ ਉਸ ਮਾਮਲੇ ਦੇ ਵਿੱਚ ਚੰਨੀ ਨੂੰ ਸੱਦਿਆ ਵੀ ਨਹੀਂ ਹੋਊਗਾ। ਉਸ ਮਾਮਲੇ ਦੀ ਜਾਂਚ ਵਾਸਤੇ, ਉਸ ਮਾਮਲੇ ਦੀ ਪੁੱਛ ਪੜਤਾਲ ਵਾਸਤੇ ਵਿਜੀਲੈਂਸ ਨੇ ਸੱਦਿਆ ਵੀ ਨਹੀਂ ਨਾ ਹੋਣਾ। ਜੇ ਕੰਪਲੇਂਟ ਹੋਊਗੀ ਵਿਜੀਲੈਂਸ ਤਾਂ ਹੀ ਸੱਦੂਗੀ, ਨਹੀਂ ਫਿਰ ਤੁਸੀਂ ਕੰਪਲੇਂਟ ਇਹ ਤਾਂ ਮਤਲਬ ਹੈ ਪਰਮਿੰਦਰ ਜੀ, ਜਿਸ ਬੰਦੇ ਤੋਂ ਰਿਸ਼ਵਤ ਮੰਗੀ ਗਈ ਉਸ ਬੰਦੇ ਨੇ ਕਿਤੇ ਕੰਪਲੇਂਟ ਹੀ ਨਹੀਂ ਕੀਤੀ, ਤੇ ਮੁੱਖ ਮੰਤਰੀ ਸਾਹਿਬ ਦੇ ਅੰਡਰ ਵਿਜੀਲੈਂਸ ਹੈ, ਮੁੱਖ ਮੰਤਰੀ ਦਾ ਪ੍ਰੈਸ ਕਾਨਫਰੰਸ ਕਰ ਰਹੇ ਨੇ। ਗੱਲ ਇਹ ਆ ਕਿ ਆਪਾਂ ਇਸ ਗੱਲ ਤੋਂ ਪਹਿਲਾਂ ਹੀ ਮੁਨਕਰ ਤਾਂ ਹੈ ਹੀ ਨਹੀਂ ਨਾ, ਕਿ ਸਿਆਸੀ ਸਾਜ਼ਿਸ਼ਾਂ ਹੁੰਦੀਆਂ ਨੇ ਆਪਾਂ ਕਦੋਂ ਮੁਨਕਰਾਂ। ਗੱਲ ਤਾਂ ਇਹ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ ਵਿਜੀਲੈਂਸ ਇੱਦਾਂ ਹੱਥ ਖੜੇ ਕਰ ਗਈ, ਤਾਂ ਵਿਜੀਲੈਂਸ ਕੋਲ ਕੰਪਲੇਂਟ ਨਹੀਂ ਤਾਂ ਉਹ ਪੁੱਛ ਪੜਤਾਲ ਵੀ ਨਹੀਂ ਕਰ ਸਕਦੀ, ਉਹਦੇ ਕੋਲ ਰਾਈਟ ਨਹੀਂ ਉਸ ਮਾਮਲੇ ਦਾ। ਦੂਜੀ ਗੱਲ ਕੇਸ ਨਹੀਂ ਹੈਗਾ ਹੋਣਾ ਇਹ। ਜੀ ਹਾਂਜੀ ਹਾਂਜੀ, ਮੈਂ ਕਿਹਾ ਇਹ ਕੇਸ ਹੀ ਨਹੀਂ ਹੈਗਾ। ਜੇਕਰ ਕੇਸ ਹੁੰਦਾ ਕੋਈ ਜਾਂਚ ਬੈਠਦੀ, ਕੋਈ ਸਿੱਟ ਬੈਠਦੀ, ਗੱਲ ਖਤਮ ਹੈ, ਕੁਛ ਹੈ ਉਹ ਨਹੀਂ ਕੇਸ। ਨਹੀਂ ਉਹ ਚਲੋ ਆਪਾਂ ਇਸ ਦੀ ਇਹਦਾ ਨਿਰਣਾ ਨਹੀਂ ਨਾ ਕਰ ਸਕਦੇ, ਫੈਸਲਾ ਨਹੀਂ ਕਰ ਸਕਦੇ ਹੈਗਾ ਜਾਂ ਨਹੀਂ ਹੈਗਾ। ਨਹੀਂ ਸਰ, ਪਰਮਿੰਦਰ ਜੀ ਇਹਦੇ 'ਚ ਨਹੀਂ ਸਰਕਾਰ ਸਰਕਾਰ ਦੀ ਕੋਈ ਜਾਂਚ ਹੁੰਦੀ, ਜੇ ਕੇਸ ਹੈਗਾ ਜਾਂ ਨਹੀਂ ਹੈਗਾ ਇਹ ਚੰਨੀ ਸਾਹਿਬ ਆਪਣਾ ਪੱਖ ਰੱਖ ਸਕਦੇ ਨੇ, ਕੋਰਟ 'ਚ ਜਾ ਸਕਦੇ ਨੇ, ਉਹਨਾਂ ਕੋਲ ਵਿਕਲਪ ਹੈਗੇ ਨੇ, ਬਥੇਰੇ ਨੇ, ਠੀਕ ਹੈ। ਉਹ ਗੱਲ ਆਪਾਂ ਫੈਸਲਾ ਨਹੀਂ ਨਾ ਕਰ ਸਕਦੇ ਕਿ ਕੌਣ ਗਲਤ ਹੈ ਕੌਣ ਸਹੀ ਹੈ। ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਖਿਲਾਫ਼ ਸਾਜ਼ਿਸ਼ ਹੋਈ ਹੈ, ਤਾਂ ਬਕਾਇਦਾ ਤੌਰ 'ਤੇ ਜਿੱਦਾਂ ਆਮ ਬੰਦਾ ਜਾ ਕੇ ਖੜਕਾਉਂਦਾ ਕਰ ਨਿਆਂ ਵਾਸਤੇ, ਉਹ ਵੀ ਖੜਕਾ ਸਕਦੇ ਨੇ, ਉਹਨਾਂ ਨੂੰ ਕਿਹੜਾ ਕਿਸੇ ਨੇ ਰੋਕਿਆ ਹੋਊਗਾ। ਗੱਲ ਉਹ ਨਹੀਂ, ਗੱਲ ਹੈਗੀ ਕਿ ਸਿਆਸੀ ਕਿਹੜਾ ਹੁੰਦੀਆਂ ਨੇ, ਆਪਾਂ ਮੰਨਦੇ ਇਸ ਗੱਲ ਨੂੰ, ਸਾਜ਼ਿਸ਼ਾਂ ਵੀ ਹੁੰਦੀਆਂ ਨੇ, ਰੌਲੇ ਵੀ ਪਾਏ ਜਾਂਦੇ ਨੇ, ਕੋਈ ਅੱਜ ਨਹੀਂ ਪੈ ਰਹੇ, ਜਦੋਂ ਤੋਂ ਸਿਆਸਤ ਸ਼ੁਰੂ ਹੋਈ ਹੈ ਲੋਕਾਂ ਨੇ ਇੱਕ ਦੂਜੇ ਦੇ ਵਿਰੁੱਧ ਕਿਚੜ ਵੀ ਛਾਲਿਆ ਆ। ਇਹ ਗੱਲਾਂ ਮਤਲਬ ਆਪਾਂ ਇਸ ਤੋਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਕੁਛ ਹੀ ਸਰਕਾਰ ਜਿਹੜੀ ਕਰਦੀ ਹੈ ਸੱਚੀ ਕਰਦੀ ਆ, ਅੱਜ ਵੀ ਨਹੀਂ ਸਹਿਮਤ ਹੈਗੇ, ਪਹਿਲਾਂ ਵੀ ਨਹੀਂ ਸੀਗੇ, ਉਹ ਗੱਲਾਂ ਉਹ ਨਹੀਂ। ਗੱਲ ਤਾਂ ਇਹ ਹੈ ਕਿ ਜੇ ਕਿਸੇ ਤੇ ਦੋਸ਼ ਲੱਗਦਾ ਹੈ ਤੇ ਤੁਸੀਂ ਜਨਤਾ ਦੇ ਨੁਮਾਇੰਦੇ ਹੋ ਤਾਂ ਜਨਤਾ 'ਚ ਆ ਕੇ ਖੜੋ, ਤੁਹਾਨੂੰ ਦੂਜੇ ਪੋਲੀਟੀਸ਼ੀਅਨ ਦਾ ਵਿਰੋਧੀ ਤਾਂ ਵਿਰੋਧ ਕਰਨਗੇ ਹੀ, ਤੁਸੀਂ ਜਨਤਾ ਦੇ ਸਾਹਮਣੇ ਤਾਂ ਪ੍ਰਤੱਖ ਹੋ ਨਾ, ਕਿਉਂ ਡਰਦੇ ਨੇ। ਮੈਂ ਕਹਿੰਦਾ ਜੇ ਆਮ ਆਦਮੀ ਪਾਰਟੀ ਦੇ ਕਿਸੇ ਬੰਦੇ ਤੇ ਐਲੀਗੇਸ਼ਨ ਲੱਗਿਆ, ਉਹ ਜਨਤਾ 'ਚ ਕਿਉਂ ਨਹੀਂ ਆਇਆ, ਜਨਤਾ ਦੀ ਕਚਹਿਰੀ 'ਚ ਖੜਾ ਹੋ ਕੇ ਗੱਲ ਕਰੇ ਵੀ ਆਹ ਦੇਖੋ ਜੀ ਮੇਰਾ ਆਹ, ਮੈਂ ਆਹ ਮੇਰੇ ਨਿਰਦੋਸ਼ ਹੋਣ ਦੇ ਆਹ ਸਬੂਤ ਨੇ। ਬਾਕੀ ਜਨਤਾ ਦੇਖੀ, ਜਨਤਾ ਤੇ ਛੱਡੋ, ਲੋਕਤੰਤਰ ਹੈ, ਡੈਮੋਕਰੇਸੀ ਕੀ ਨਾਂ ਹੈ। ਜੇ ਕੋਈ ਤੁਹਾਡੇ ਖਿਲਾਫ਼ ਚੱਲ ਰਿਹਾ ਹੈ, ਉਹਨੂੰ ਆਪਣੇ ਆਪ ਹੀ ਉਹਨੂੰ ਉਹਦਾ ਮੂੰਹ ਭੰਨ ਦੇਣੇ, ਲੋਕਾਂ ਨੇ ਵੋਟਾਂ ਪਾ ਕੇ ਫਿਰ ਉਹਦੇ ਵਿਰੁੱਧ। ਜਾਂ ਜੇ ਏਦਾਂ ਕਾਰਵਾਈਆਂ ਹੁੰਦੀਆਂ ਤਾਂ ਵਿਆਪਕ ਘੁਟਾਲਾ ਕਿੱਡਾ ਵੱਡਾ ਘੁਟਾਲਾ ਸੀ, ਪੈਸੇ ਲੈ ਕੇ ਲੋਕ ਭੱਜ ਗਏ, ਬਾਹਰ ਜਾ ਕੇ ਸੈੱਟ ਹੋ ਗਏ, ਠੀਕ ਹੈ, ਡਰੱਗ ਕੇਸ ਦੇ ਵਿੱਚ ਕਿੱਡੇ ਕਿੱਡੇ ਨਾਮ ਆਏ, ਕਿਹੜੀਆਂ ਕਾਰਵਾਈਆਂ ਹੋਈਆਂ ਨੇ, ਪਰ ਕੋਈ ਬੋਲਦਾ ਹੀ ਨੀ, ਨਾ ਜਨਤਾ ਚ ਆਇਆ ਅੱਜ ਤੱਕ ਕੋਈ ਬੰਦਾ ਮੈਂ ਸੱਚਾ ਆ। ਆ ਕੇ ਬਿਆਨ ਦੇਣ ਨਾਲ ਕੀ ਹੁੰਦਾ, ਕੌਣ ਕਹਿੰਦਾ ਚੋਰ, ਕਦੇ ਕਹਿੰਦਾ ਮੈਂ ਚੋਰ ਹਾਂ। ਤੁਸੀਂ ਸੱਚੇ ਹੋ, ਤੁਹਾਡੇ ਤੇ ਕੋਈ ਐਲੀਗੇਸ਼ਨ ਲਾ ਰਿਹਾ, ਧੱਕੇ ਨਾਲ ਲਾ ਰਿਹਾ, ਤੁਸੀਂ ਆ ਕੇ ਪਰੂਫ ਦੇ ਦਿਓ, ਜਨਤਾ ਨੂੰ ਪਤਾ ਲੱਗ ਜੂਗਾ ਸੱਚਾਈ ਕੀ ਆ, ਫਿਰ ਜਨਤਾ ਨਿਆਂ ਕਰਨਾ ਜਾਣਦੀ ਹੈ ਜੀ। ਆਪਾਂ ਤਾਂ ਇਹ ਗੱਲ ਕਰਦੇ ਸੀਗੇ, ਜਿਹੜੀਆਂ ਗੱਲਾਂ ਲੱਗ ਰਿਹਾ ਜੇ ਵਿਜੀਲੈਂਸ ਸੱਦਦੀ ਹੈ, ਬੇਖੌਫ ਹੋ ਕੇ ਜਾਇਆ ਕਰਨ, ਚਾਹੇ ਆਮ ਆਦਮੀ ਪਾਰਟੀ ਦੇ ਨੇ ਜੇ ਸਾਫ਼ ਨੇ, ਚਾਹੇ ਅਕਾਲੀ ਦਲ ਦੇ ਨੇ ਉਹ ਵੀ ਸਾਫ਼ ਨੇ, ਜੇ ਕਾਂਗਰਸੀ ਨੇ ਉਹ ਵੀ ਸਾਫ਼ ਨੇ, ਉਹ ਵੀ ਜਾਇਆ ਕਰਨ। ਸਿਆਸੀ ਗੜ ਤਾਂ ਸਿਆਸੀ ਆ, ਪਤਾ ਲੱਗੂਗਾ ਸਿਆਸੀ ਆ, ਕੱਲ੍ਹ ਨੂੰ ਤੁਹਾਡੀ ਵੀ ਸਰਕਾਰ ਆ ਸਕਦੀ ਹੈ ਭਾਈ, ਉਹ ਜਿਹੜਾ ਸਿਆਸੀ ਗੜ ਕੱਢ ਰਿਹਾ ਜਾਂ ਸਾਜ਼ਿਸ਼ਾਂ ਕਰ ਰਿਹਾ ਸਿਆਸੀ, ਕੱਲ੍ਹ ਨੂੰ ਉਹਨੂੰ ਵੀ ਭੁਗਤਣਾ ਪੈ ਸਕਦਾ ਨਾ ਦੂਜੇ ਬੰਦੇ ਨੂੰ ਜਿਹੜਾ ਵਿਰੋਧੀ ਆ। ਸੋ ਆਹ ਗੱਲਾਂ ਜਿਹੜੀਆਂ ਹੈਗੀਆਂ, ਮੈਂ ਤਾਂ ਸਿਰਫ ਇਹ ਚਾਹੁੰਦਾ ਕਿ ਜਨਤਾ ਦੀ ਕਚਹਿਰੀ ਵਿੱਚ ਆਇਆ ਜਾਵੇ ਜੇ ਕੋਈ ਐਲੀਗੇਸ਼ਨ ਕਿਸੇ ਤੇ ਲਾ ਰਿਹਾ। ਜੀ ਪਰਮਿੰਦਰ ਜੀ, ਜਨਤਾ ਦੀ ਕਚਹਿਰੀ ਜਦੋਂ ਤੁਸੀਂ ਗੱਲ ਕੀਤੀ, ਹੁਣ ਇੱਕ ਬੜਾ ਅਹਿਮ ਇਸ਼ੂ ਹੈ, ਅਹਿਮ ਇਸ਼ੂ ਹੈਗਾ ਕਿ RDF ਦੇ ਫੰਡ ਦਾ। ਕਾਂਗਰਸ ਦੇ ਸਮੇਂ RDF ਦਾ ਫੰਡ ਰੋਕ ਕੇ ਰੱਖਿਆ ਸੈਂਟਰ ਨੇ, ਹੁਣ ਫਿਰ RDF ਦਾ ਫੰਡ ਸੈਂਟਰ ਨੇ ਰੋਕਿਆ ਹੋਇਆ।
ਕਾਂਗਰਸ ਨੇ ਗੱਲ ਬਾਹਰ ਕੱਢੀ ਸੀ। ਕਾਂਗਰਸ ਕਹਿੰਦੇ ਕਹਿੰਦੀ ਸੀ ਕਿ ਇਸ ਕਰਕੇ ਸੈਂਟਰ ਆਰਡੀਐਫ ਦਾ ਫੰਡ ਨਹੀਂ ਦਿੰਦਾ। ਸੈਂਟਰ ਦੀ ਉਦਾਹਰਨ ਹੈ ਕਿ ਜਿਹੜਾ ਸੈਂਟਰ ਤੁਹਾਨੂੰ ਪੈਸਾ ਦਿੰਦਾ ਆਰਡੀਐਫ ਦਾ, ਉਹ ਉਸ ਪੈਸੇ ਦੀਆਂ ਪੰਜਾਬ ਦੇ ਵਿੱਚ ਧੱਜੀਆਂ ਉੱਡ ਰਹੀਆਂ ਨੇ ਉਸ ਪੈਸੇ ਦੀਆਂ ਸਰਕਾਰ ਵਿੱਚੋਂ। ਜਿਹੜਾ ਫੰਡ ਜਿੱਥੇ ਲੱਗਣਾ ਚਾਹੀਦਾ ਸੀ ਉਹਦੇ ਵਿੱਚੋਂ ਬੜਾ ਚੰਦ ਕੁ ਫੰਡ ਹੈ ਉਹ ਆਪਣੇ ਸਹੀ ਥਾਂ ਦੇ ਉੱਤੇ ਪਹੁੰਚ ਰਿਹਾ। ਹੁਣ ਆਮ ਆਦਮੀ ਪਾਰਟੀ ਦੀ ਉਹ ਸਰਕਾਰ ਹੈ ਪੰਜਾਬ ਦੇ ਵਿੱਚ, ਇਹ ਕਹਿੰਦੇ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ, ਤੇ ਗੱਲ ਤਾਂ ਇਹ ਬਣਦੀ ਹੈ ਕਿ ਇਸ਼ੂ ਕਿਉਂ ਨਹੀਂ ਰੇਜ਼ ਕਰਦੇ ਹੈਗੇ ਕਿ ਕਿਹੜੀ ਗੱਲ ਹੈ ਜਿਸ ਕਰਕੇ ਸੈਂਟਰ ਪੈਸਾ ਦੇ ਨਹੀਂ ਰਿਹਾ, ਜਦੋਂ ਸੈਂਟਰ ਹੋਰ ਸਾਰੀਆਂ ਗ੍ਰਾਂਟਾਂ ਪੇ ਕਰ ਰਿਹਾ ਤੁਹਾਨੂੰ ਸਮੇਂ ਸਿਰ ਦੇ ਰਿਹਾ, ਆਰਡੀਐਫ ਦਾ ਪੈਸਾ ਕਿਉਂ ਰੁਕਿਆ ਹੋਇਆ ਤੁਹਾਡਾ, ਉਹ ਗੱਲ ਕਿਉਂ ਨਹੀਂ ਫਿਰ ਜਨਤਾ 'ਚ ਲੈ ਕੇ ਆਉਂਦੇ? ਵੱਡੇ ਵੱਡੇ ਵਕੀਲ ਸੁਪਰੀਮ ਕੋਰਟ ਦੇ ਵਿੱਚ ਖੜੇ ਕਰਨ ਦੀ ਕੀ ਲੋੜ ਹੈ? ਇੰਨੇ ਤਾਂ ਆਰਡੀਐਫ ਫੰਡ ਨਹੀਂ ਹੋਣਾ ਜਿਹਨੇ ਦੇ ਵਕੀਲਾਂ ਨੇ ਪੈਸੇ ਲੈ ਜਾਣੇ ਹੈ। ਨਹੀਂ, ਚਾਰਾ ਨਹੀਂ ਕੋਈ ਹੁੰਦਾ ਗੁਰਜਿੰਦਰ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਇਹਦੇ ਵਿੱਚ ਮੈਂ ਆਮ ਆਦਮੀ ਪਾਰਟੀ ਜਾਂ ਅਕਾਲੀ ਕਾਂਗਰਸੀਆਂ ਨੂੰ ਨਹੀਂ ਉਹ ਗੱਲ ਕਰਦਾ ਕਿ ਉਹਨਾਂ ਨੂੰ ਲੈ ਕੇ ਗੱਲ ਕਰੀ ਜਾਵੇ। ਗੱਲ ਤਾਂ ਸੈਂਟਰ ਦੀ ਤੇ ਸਟੇਟ ਦੀ ਆ, ਸਟੇਟ ਦੇ ਵਿੱਚ ਸਰਕਾਰ ਕੀ ਦੀ ਆ ਇਹ ਗੱਲ ਨਹੀਂ ਹੈਗੀ। ਗੱਲ ਹੈਗੀ ਕਿ ਜੇ ਸੈਂਟਰ ਸਟੇਟਸ ਨੂੰ ਉਹਨਾਂ ਦੇ ਬਣਦੇ ਹੱਕ ਦੇਵੇ, ਉਹਨਾਂ ਦੇ ਅਧਿਕਾਰ ਦਿੰਦੇ ਆ, ਸੈਂਟਰ ਨੂੰ ਤਕਲੀਫ ਕੀ ਆ? ਉਹ ਕਿਉਂ ਰੋਕਦਾ ਜਾਂ ਫਿਰ ਕਾਰਵਾਈ ਕਰੇ? ਸਿੱਧੇ ਤੌਰ ਤੇ ਡਾਇਰੈਕਟ ਤੌਰ ਤੇ ਪਾਵਰ ਚ ਹੈ ਸੈਂਟਰ ਦੇ ਵਿੱਚ, ਹੁਣ ਪਾਵਰ ਹੈ ਤਾਂ ਸੈਂਟਰ ਸਿੱਧੇ ਤੌਰ ਤੇ ਕਾਰਵਾਈ ਕਿਉਂ ਨਹੀਂ ਕਰਦੇ? ਜਿਹੜੇ ਜਿਹੜੇ ਜਿਹਨਾਂ ਜੇ ਚਾਹੇ ਕਿਸੇ ਪਾਰਟੀ ਦੀ ਸਰਕਾਰ ਹੈ, ਜੇ ਉਹ ਆਰਡੀਐਫ ਦਾ ਕੋਈ ਘੁਟਾਲਾ, ਹੁਣ ਜੇ ਆਪਾਂ ਪਹਿਲਾਂ ਘੁਟਾਲੇ ਦੀ ਗੱਲ ਕੀਤੀ ਆ, ਹੁਣ ਵੀ ਆਹ ਦੇਖ ਲਓ ਕਿ ਸੈਂਟਰ ਵੀ ਇਹ ਗੱਲ ਕਰਦਾ ਹੈ ਕਿ ਚਾਹੇ ਪਾਰਟੀ ਕੋਈ ਹੋਵੇ ਕਿ ਘਪਲੇ ਹੁੰਦੇ ਨੇ, ਜਿਹਦਾ ਮਤਲਬ ਸਿਆਸੀ ਬੰਦੇ ਘਪਲੇ ਕਰਦੇ ਨੇ ਨਾ, ਤੇ ਜਦੋਂ ਇਹਨਾਂ ਦੀਆਂ ਜਾਂਚਾਂ ਖੁੱਲਦੀਆਂ ਫਿਰ ਭੱਜਦੇ ਨੇ। ਚਲੋ ਇੱਕ ਇੱਕ ਇਹ ਤਾਂ ਕੜੀ ਜੁੜ ਗਈ ਨਾ ਕੁਦਰਤੀ ਤੌਰ ਤੇ। ਦੂਜੀ ਗੱਲ ਇਹ ਹੈ ਕਿ ਜੇ ਫੰਡ ਰੋਕ ਕਿਉਂ ਰੋਕਦਾ ਫੰਡ, ਕਦੇ GST ਦਾ ਪੈਸਾ ਰੋਕਦਾ, ਕਦੇ ਆਰਡੀਐਫ ਰੋਕਦਾ, ਕਿਉਂ ਰੋਕਦਾ? ਜੇ ਕਿਤੇ ਉਹਨੂੰ ਲੱਗਦਾ ਕਿ ਸਾਡਾ ਪੈਸਾ ਸਹੀ ਨਹੀਂ ਹੈਗਾ ਤਾਂ ਫੜ ਕੇ ਜੇਲ੍ਹ 'ਚ ਕਿਉਂ ਨਹੀਂ ਸੁੱਟਦੇ? ਸਜਾਵਾਂ ਕਿਉਂ ਨਹੀਂ ਦਿੰਦੇ? ਸਬੂਤ ਹੋਣਗੇ ਤਾਂ ਹੀ ਗੱਲ ਫੰਡ ਰੋਕੇ ਜਾ ਰਹੇ ਆ। ਜੇ ਸਬੂਤ ਨਹੀਂ ਹੈਗੇ ਫੰਡ ਰੋਕਣ ਦਾ ਕੀ ਮਤਲਬ ਹੈ ਫਿਰ? ਪਾਰਟੀ ਕੋਈ ਹੋਵੇ, ਮੈਂ ਪਾਰਟੀ ਦੇ ਲੈਵਲ ਤੇ ਨਹੀਂ ਜਾ ਰਿਹਾ ਕੋਈ ਵੀ, ਉਹ ਪਾਰਟੀ ਤਾਂ ਸੈਂਟਰ ਦੇ ਵਿੱਚ ਵੀ ਕੋਈ ਪਾਰਟੀ ਹੋਵੇ, ਜੇ ਸਟੇਟ ਦੇ ਲੋਕਾਂ ਦਾ ਕੀ ਕਸੂਰ ਹੈ ਇਹਦੇ 'ਚ? ਆਪਣੀ ਕੋਈ ਟੀਮ ਭੇਜ ਕੇ ਜਾਂਚ ਕਰਵਾ ਲਏ, ਆਪਣੀ ਕੋਈ ਟੀਮ ਭੇਜ ਕੇ ਇੱਕ ਫੰਡ ਉਹ ਯੂਟੀਲਾਈਜ਼ ਕਰਵਾ ਲਵੇ, ਕੋਈ ਇਹ ਕਿਉਂ ਨਹੀਂ ਕਰਦੇ ਜੀ? ਪਰਮਿੰਦਰ ਜੀ, ਜੇਕਰ ਇਹਦੇ 'ਚ ਵਿੱਚ ਕੋਈ ਹੈਗਾ, ਜੇਕਰ ਧੱਕੇ ਨਾਲ ਸੈਂਟਰ ਨੇ ਫੰਡ ਰੋਕਿਆ ਹੋਇਆ ਕਿ ਅਸੀਂ ਤੁਹਾਡਾ ਪੈਸਾ ਨਹੀਂ ਦੇਣਾ ਹੈਗਾ, ਭਾਵੇਂ ਉਹ ਕਾਂਗਰਸ ਵੇਲੇ GST ਦੇ ਪੈਸੇ ਦਾ ਰੌਲਾ ਪੈਂਦਾ ਸੀ ਜਾਂ ਲੰਮੇ ਸਮੇਂ ਤੋਂ ਆਰਡੀਐਫ ਦੇ ਪੈਸੇ ਦਾ ਰੌਲਾ ਪੈਂਦਾ, ਤਾਂ ਫਿਰ ਸਟੇਟ ਪ੍ਰੈਸ ਕਾਨਫਰੰਸ ਕਰੇ, ਭਾਵੇਂ ਇੱਥੇ ਕਾਂਗਰਸ ਦੀ ਸਰਕਾਰ ਹੋਵੇ, ਅਕਾਲੀਆਂ ਦੀ ਸਰਕਾਰ ਹੋਵੇ ਜਾਂ ਆਮ ਆਦਮੀ ਪਾਰਟੀ ਵਾਲਿਆਂ ਦੀ ਸਰਕਾਰ ਹੈ, ਇਹ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੇ ਵਿੱਚ ਉਹ ਇਸ਼ੂ ਰੱਖਣ, ਸਾਰੇ ਕਾਗਜ਼ਾਤ ਲੈ ਕੇ ਆਉਣ ਕਿ ਹੁਣ ਤੱਕ ਜਿਹੜਾ ਸੈਂਟਰ ਨੇ ਆਰਡੀਐਫ ਦਾ ਪੈਸਾ ਭੇਜਿਆ, ਜਿਹੜਾ ਰੂਰਲ ਦਿਹਾਤੀ ਰੂਰਲ ਏਰੀਏ ਦਾ ਫੰਡ ਸੀ ਉੱਥੇ ਸਾਰਾ ਸਹੀ ਯੂਜ਼ ਹੋ ਗਿਆ, ਉਹ ਅਗਲਾ ਪੈਸਾ ਸਾਨੂੰ ਦੇ ਨਹੀਂ ਰਹੇ, ਸਾਡੇ ਵਿਕਾਸ ਦੇ ਵਿੱਚ ਅੜਿੱਕਾ ਪੈ ਰਿਹਾ, ਉਹ ਸਾਰੇ ਗੱਲਾਂ ਦੇ ਖੁਲਾਸੇ ਕਰਨ ਕਿ ਇਹਨਾਂ ਕਾਰਨਾਂ ਸਾਨੂੰ ਜਿਹੜਾ ਰੈਫਰੈਂਸ ਦਿੱਤਾ ਜਾਂਦਾ ਸੈਂਟਰ ਵੱਲੋਂ, ਇਹਨਾਂ ਕਾਰਨਾਂ ਦਾ ਰੈਫਰੈਂਸ ਦਿੱਤਾ ਜਾਂਦਾ ਕਿ ਉਹਨਾਂ ਨੇ ਕਿਹਾ ਸੀ ਸਾਨੂੰ 100 ਕਰੋੜ ਅਸੀਂ ਆਰਡੀਐਫ ਦਾ ਦੇ ਤਾ, ਫਲਾਣੀ ਫਲਾਣੀ ਥਾਂ ਦੇ ਉੱਤੇ ਲੱਗਣਾ, ਕਿਉਂਕਿ ਆਪਾਂ ਨੂੰ ਪਤਾ ਕਿ ਕੈਟਾਗਰਾਈਜ਼ ਹੁੰਦੀਆਂ ਨੇ ਸਾਰੀਆਂ ਗ੍ਰਾਂਟਾਂ। ਹੁਣ ਦਿਖਾਵੇ ਸਟੇਟ ਕੇ 100 ਕਰੋੜ ਸਾਨੂੰ ਫਲਾਣੀ ਫਲਾਣੀ ਥਾਂ ਲਈ ਆਇਆ ਸੀ, ਸੈਂਕਸ਼ਨ ਹੋਇਆ ਸੀ ਪੈਸਾ, ਅਸੀਂ 100 ਕਰੋੜ ਉਹਨਾਂ ਹੀ ਥਾਵਾਂ ਤੇ ਲਾਤਾ, ਕਿਤੇ ਆਪਣੇ ਪ੍ਰਚਾਰਾਂ ਦੇ ਵਿੱਚ ਯੂਜ਼ ਨਹੀਂ ਪੈਸਾ ਕਰਿਆ ਹੈਗਾ ਉਹ, ਤੇ ਅਗਲਾ ਪੈਸਾ ਸਾਡਾ ਰੋਕ ਕਿਉਂ ਰਹੇ ਤੁਸੀਂ ਜਦੋਂ ਸਾਡੇ ਸਾਰੇ ਕਾਗਜ਼ਾਤ ਸਹੀ ਨੇ? ਬਿਲਕੁਲ ਸਹੀ ਆ, ਸੈਂਟਰ ਦੀ ਜਿਹੜੀ ਕੋਈ ਪਾਲਿਸੀ ਆਉਂਦੀ ਹੈ, ਸੈਂਟਰ ਵੱਲੋਂ ਜਿਹੜਾ ਵੀ ਫੰਡ ਆਉਂਦਾ, ਚਾਹੇ ਕੋਈ ਸਕਾਲਰਸ਼ਿਪ ਫੰਡ ਹੈ ਕੋਈ ਕਿਸੇ ਤਰ੍ਹਾਂ ਦਾ, ਚਾਹੇ ਰੂਰਲ ਡਿਵੈਲਪਮੈਂਟ ਫੰਡ ਹੈ, ਚਾਹੇ GST ਦਾ ਪੈਸਾ ਹੈ, ਕੋਈ ਵੀ ਪੈਸਾ, ਜੇ 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 ਸੈਂਟਰ ਨੂੰ ਲੱਗਦਾ, ਪਹਿਲੀ ਤਾਂ ਗੱਲ ਸਟੇਟ ਕਲੀਅਰ ਕਰੇ, ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ, ਪ੍ਰੈਸ ਕਾਨਫਰੰਸ ਕਰਕੇ ਕਿਹੜਾ ਕੱਢਣ ਦੀ ਬਜਾਏ ਜਾਂ ਇੱਕ ਦੂਜੇ ਦੋਸ਼ ਲਾਉਣ ਦੀ ਬਜਾਏ, ਚੀਕੜ ਉਛਾਲਣ ਦੀ ਬਜਾਏ, ਜੇ ਜੇ ਸਟੇਟ ਦੱਸੇ ਕਿ ਅਸੀਂ ਆਹ ਫੰਡ ਆਇਆ, ਆਹ ਪਏ ਨੇ ਸਬੂਤ, ਜਿਹੜੀ ਟੀਮ ਭੇਜਣੇ ਭੇਜੋ, ਸਾਨੂੰ ਫੰਡ ਦਿਓ, 5 ਦਿਨ ਦਾ 7 ਦਿਨ ਦਾ ਟਾਈਮ ਦਿੰਦੇ ਹਾਂ ਤੁਹਾਨੂੰ, ਆ ਕੇ ਚੈੱਕ ਕਰੋ, ਨਹੀਂ ਤੁਹਾਡੇ ਤੋਂ ਆ ਜਾਂਦਾ ਸਾਡੀ ਟੀਮ ਫੰਡ ਆਹ ਡਾਕੂਮੈਂਟ ਲੈ ਕੇ ਤੁਹਾਡੇ ਕੋਲ ਪਹੁੰਚਦੀ ਆ, ਉੱਦਾਂ ਵੀ ਤਾਂ ਦਿੱਲੀ ਹੈਲੀਕਾਪਟਰਾਂ 'ਚ ਜਾਈ ਜਾਂਦੇ ਆ ਤੇਲ ਫੂਕਦੇ, ਟੀਮ ਭੇਜਣ, ਜਿਹੜਾ ਵਕੀਲਾਂ ਦੇ ਪੈਸਾ ਖਰਚਣਾ ਉਹਦੇ ਨਾਲ ਤਾਂ ਕਿਤੇ ਹੀ ਮਾੜਾ ਮੋਟਾ ਤੇਲ ਫੂਕ ਕੇ ਜਾ ਸਕਦਾ, ਗੱਡੀਆਂ 4 ਭੇਜ ਕੇ ਟੀਮ ਭੇਜ ਦਿੱਤੀ ਜਾਵੇ, ਤੇ ਜੇ ਉਹ ਫੇਰ ਵੀ ਨੀ ਬਣਦੇ ਫਿਰ ਲੋਕਾਂ ਸਾਹਮਣੇ ਨੰਗਾ ਕਰਿਆ ਜਾਵੇ ਵੀ ਆਹ ਦੇਖੋ ਸਾਡੇ ਕੋਲ ਆਹ ਪਏ ਨੇ, ਤਾਂ ਨੀ ਸੈਂਟਰ ਫੰਡ ਜਾਰੀ ਕਰਦਾ। ਜੇ ਸੈਂਟਰ ਕੋਲ ਵੀ ਕੋਈ ਪਰੂਫ ਹੈ ਕਿ ਅਸੀਂ 100 ਕਰੋੜ ਭੇਜਿਆ, 500 ਕਰੋੜ ਭੇਜਿਆ, ਸਕਾਲਰਸ਼ਿਪ ਦਾ ਭੇਜਿਆ ਸੀ, ਖਾ ਕੇ ਜਿੱਦਾਂ ਹੁਣ ਧਰਮਸੂਤ ਵਰਗੇ ਦਾ ਨਾਮ ਆਉਂਦਾ ਹੈ ਸਕਾਲਰਸ਼ਿਪ ਘਟਾਲੇ ਦੇ ਵਿੱਚ, ਤਾਂ ਸੈਂਟਰ ਕਿਉਂ ਨੀ ਜਾਂਚ ਕਰਵਾਉਂਦੀ ਆਪਣੇ ਪੇਜ ਤੇ ਜਦੋਂ ਫੰਡ ਜਾਰੀ ਕੀਤਾ ਉਹਨੇ?
ਸੈਂਟਰ ਕਿਉਂ ਨਹੀਂ ਟੀਮਾਂ ਭੇਜਦੀ ਇੱਥੇ? ਸੈਂਟਰ ਚੱਕ ਕੇ ਅੰਦਰ ਅੰਦਰ ਕਿਉਂ ਨਹੀਂ ਦਿੰਦੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਕਰਪਟ ਹੈਗੇ ਨੇ ਔਰ ਕਰਪਸ਼ਨ ਕਰਦੇ ਨੇ? ਸੈਂਟਰ ਲਈ ਤਾਂ ਰਾਹ ਖੋਲਦੇ ਨੇ, ਹਾਂ ਸੈਂਟਰ ਦਾ ਤਾਂ ਦੇਖੋ ਪਰਮਿੰਦਰ ਜੀ ਕੋ ਕੰਮ ਹੁੰਦਾ ਕਿ ਸਟੇਟ ਦੀ ਸਰਕਾਰ ਨਹੀਂ ਚੱਲਣ ਦੇਣੀ। ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹ ਗਵਰਨਰ ਥਰੂ ਲੱਤਾਂ ਫਸਾਉਂਦੇ ਨੇ ਤੇ ਜਾਂ ਫਿਰ ਉਹ ਸਿੱਧੀ ਦਖਲ ਅੰਦਾਜ਼ੀ ਕਰਦੇ ਨੇ, ਜਾਂ ਇਹਨਾਂ ਘੋੜਿਆਂ ਨੂੰ ਗੱਲਾਂ ਦੇ ਵਿੱਚ ਲੈ ਲੈਂਦੇ ਨੇ ਉਹ। ਉਹਨਾਂ ਦਾ ਤਾਂ ਸਿੱਧਮ ਸਿੱਧਾ ਇੱਕ ਏਜੰਡਾ ਹੁੰਦਾ ਕਿ ਸਟੇਟ ਦੇ ਵਿੱਚ ਜਿਹੜੀ ਸਰਕਾਰ ਹੈ ਉਸ ਸਰਕਾਰ ਨੂੰ ਡਿਸੇਬਲ ਕਰਕੇ ਰੱਖਣਾ, ਚੱਲਣ ਨਹੀਂ ਅਸੀਂ ਦੇਣਾ ਹੈਗਾ। ਤੁਸੀਂ ਸਕੈਮ ਕਰ ਗਏ, ਉਹ ਜਾਂਚ ਕਰਾਉਂਦੇ ਨਹੀਂ, ਉਹ ਤੁਹਾਡੀ ਫਾਈਲਾਂ ਨੱਪ ਕੇ ਰੱਖਦੇ ਨੇ ਕਿ ਆਹ ਦੇਖੋ ਸਾਡੇ ਕੋਲ ਫਾਈਲਾਂ ਨੇ, ਜੇ ਸਾਡੇ ਤੋਂ ਬਾਹਰ ਹੋਏ ਅਸੀਂ ਠੋਕ ਦਾਂਗੇ ਤੁਹਾਨੂੰ। ਸਪਸ਼ਟ ਗੱਲ ਹੈ, ਤੁਸੀਂ ਮੌਕਾ ਕਿਉਂ ਦਿੰਦੇ ਹੋ? ਇਹ ਗੱਲ ਸਪਸ਼ਟ ਤਾਂ ਹੈਗੀ ਹੈ ਤੁਹਾਡੀ, ਪਰ ਲੋਕਾਂ ਦਾ ਇਹਦੇ 'ਚ ਕੀ ਕਸੂਰ ਆ? ਲੋਕਾਂ ਦਾ ਤਾਂ ਜੇ ਤੁਸੀਂ BSF ਲਾ ਦਿੰਦੇ ਹੋ, ਪੰਜਾਬ ਦੀ ਗੱਲ ਕਰਦੇ, ਸੈਂਟਰ ਜੇ ਸਟੇਟ ਨੂੰ ਪੁੱਛ ਕੇ ਲਾਉਂਦਾ, ਉਹਦੀ ਮਨ ਮਰਜ਼ੀ ਨਾਲ ਲਾਉਂਦਾ। ਜੇ ਰਾਜਪਾਲ ਕੋਈ ਆ ਕੇ ਏਦਾਂ ਇੰਟਰਫੇਅਰ ਕਰ ਦਿੰਦਾ ਹੈ ਜਾਂ ਸਿੱਧੇ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਸਟੇਟ ਨੂੰ ਪੁੱਛ ਕੇ ਕਰਦੇ ਨੇ, ਕਰਾਉਂਦੇ ਨੇ? ਜਦੋਂ ਪਾਵਰਾਂ ਹੈਗੀਆਂ, ਜਿਹਦੇ ਕੋਲ ਜਿਹੜਾ ਅਧਿਕਾਰ ਹੈਗਾ ਹੈ ਉਹਨੂੰ ਵਰਤ ਕੇ ਬੰਦਾ ਲੋਕਾਂ ਦਾ ਭਲਾ ਕਰ ਸਕਦਾ ਹੈ, ਜੇ ਭਲੇ ਦੀ ਸੋਚਦਾ। ਫਿਰ ਜਾਂਚ ਕਿਉਂ ਨੀ ਕਰਵਾਈ, ਕਰਵਾਉਂਦੇ ਹੈਗੇ? ਫਿਰ ਫਾਈਲਾਂ ਕਿਉਂ ਦੱਬ ਕੇ ਰੱਖਦੇ ਆ? ਇਹਦਾ ਮਤਲਬ ਤਾਂ ਇਹੀ ਹੈ ਕਿ ਨਿੱਜ ਆਪਣੀ ਕੁਰਸੀ ਦੇਖਦੇ ਆ ਨਾ, ਆਪਣੀ ਸੱਤਾ ਦੇਖਦੇ ਆ, ਆਪਣੇ ਸੁੱਖ ਸਹੂਲਤਾਂ ਦੇ। ਲੋਕਾਂ ਦਾ ਤਾਂ ਨੁਕਸਾਨ ਹੋ ਰਿਹਾ ਨਾ ਦੋਨੋਂ ਪਾਸਿਓਂ, ਨਾ ਸਟੇਟ ਚਾਹੁੰਦੀ ਹੈ ਲੋਕਾਂ ਦਾ ਭਲਾ ਕਰਨਾ, ਨਾ ਸੈਂਟਰ ਚਾਹੁੰਦਾ। ਗੱਲ ਇਹ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਜੇ ਸਟੇਟ ਤੁਹਾਡੇ ਸਾਹਮਣੇ ਜਨਤਕ ਰੂਪ ਵਿੱਚ ਨਹੀਂ ਰੱਖਦੀ ਕਾਰਨ, ਆਪਣੇ ਦਸਤਾਵੇਜ਼ ਨਹੀਂ ਪੇਸ਼ ਕਰਦੀ, ਤਾਂ ਸੈਂਟਰ ਤੇ ਜੇ ਸੈਂਟਰ ਇਹਨਾਂ ਤੇ ਕਾਰਵਾਈ ਨਹੀਂ ਕਰਦਾ, ਜੇ ਕੇਵਲ ਦੋਸ਼ ਲਾਉਂਦਾ ਤਾਂ ਦੋਨੋਂ ਜਣੇ ਫਾਲਟੀ ਨੇ, ਦੋਨਾਂ ਦਾ ਦੋਸ਼ ਹੈ, ਦੋਨਾਂ ਦੀ ਬੜੀ ਭੁਗਤ ਕਹਿ ਸਕਦੇ, ਦੋਨੋਂ ਚੋਰ ਕਹਿ ਸਕਦੇ ਆਪਾਂ। ਉਹ ਦੋਨੋਂ ਸਰਕਾਰ ਪਾਰਟੀ ਕੋਈ ਹੋਵੇ, ਮੈਂ ਪਾਰਟੀ 'ਚ ਨਹੀਂ ਗੱਲ ਕਰਦਾ ਇੱਥੇ, ਜੇ ਸਟੇਟ ਜੇ ਲੋਕਾਂ ਦਾ ਪੈਸਾ ਲੋਕਾਂ ਨੂੰ ਨਹੀਂ ਦਿੰਦੇ, ਉਹਨਾਂ ਦੇ ਵਿਕਾਸ ਦੇ ਲਈ ਨਹੀਂ ਖਰਚਦੇ, ਲੋਕਾਂ ਦਾ ਪੈਸਾ ਨਾ ਟੈਕਸਾਂ ਦੇ ਰੂਪ 'ਚ ਗ੍ਰਹਿ ਗਿਆ, ਉਹਨਾਂ ਦੇ ਉੱਤੇ ਨਹੀਂ ਖਰਚਦੇ, ਦੋਸ਼ੀ ਦੋਨੋਂ ਨੇ ਨਾ, ਕੋਈ ਇੱਕ ਨੂੰ ਤਾਂ ਕਹਿ ਨਹੀਂ ਸਕਦੇ। ਲੋਕਾਂ ਦਾ ਬੜਾ ਕਲੀਅਰ ਜੀ ਹੈ ਪਰਮਿੰਦਰ ਜੀ ਗੱਲ, ਜੇਕਰ ਸੈਂਟਰ ਚਾਹੁੰਦਾ ਕਿ ਅਸੀਂ ਲੋਕਾਂ ਦਾ ਭਲਾ ਕਰਨਾ, ਜਾਂ ਸਟੇਟ ਚਾਹੁੰਦੀ ਹੈ ਵੱਡੀ ਸਟੇਟ ਕੇ ਲੋਕਾਂ ਦਾ ਭਲਾ ਕਰਨਾ, RDF ਫੰਡ ਜਾਰੀ ਕਰੇ, ਫੰਡ ਆਜੂਗਾ ਸਟੇਟ ਕੋਲੇ, ਸੂਬੇ ਕੋਲੇ ਫੰਡ ਆਜੂਗਾ, ਸੂਬਾ 100 ਕਰੋੜ ਆ ਗਿਆ, ਤੁਹਾਡਾ 500 ਕਰੋੜ ਆ ਗਿਆ, ਤੁਹਾਡਾ 1000 ਕਰੋੜ ਆ ਗਿਆ RDF ਦਾ, ਉਸ ਪੈਸੇ ਨੂੰ ਸੈਂਕਸ਼ਨ ਕਰਨ ਕਿ ਜਿਹੜਾ RDF ਦਾ ਸਾਡੇ ਕੋਲ ਪੈਸਾ, ਇਸ ਪੈਸੇ ਦੇ ਵਿੱਚੋਂ ਅਸੀਂ ਜਿਹੜੀਆਂ ਅਨਾਜ ਮੰਡੀਆਂ ਨੇ ਇਹਨਾਂ ਮੰਡੀਆਂ ਦੇ ਵਿੱਚ ਅਸੀਂ ਸ਼ੈੱਡ ਪਾਵਾਂਗੇ, ਜਿੱਥੇ ਕਿਸਾਨਾਂ ਦੀ ਫਸਲ ਰੁੜ ਕੇ ਬਰਬਾਦ ਹੋ ਜਾਂਦੀ ਹੈ, ਭਾਵੇਂ ਝੋਨੇ ਦੀ ਫਸਲ ਹੈ, ਭਾਵੇਂ ਕਣਕ ਦੀ ਫਸਲ ਹੈ, ਮੱਕੀ ਦੀ ਫਸਲ ਹੈ, ਸੂਰਜਮੁਖੀ ਦੀ ਫਸਲ ਹੈ, ਕਿ ਜਿਹੜੀਆਂ ਆਹ ਫਸਲਾਂ ਨੇ, ਬਾਰਿਸ਼ਾਂ ਦੇ ਮੌਸਮ ਹੈ, ਮੰਡੀ ਦੇ ਵਿੱਚ ਇਹ ਫਸਲਾਂ ਤਬਾਹ ਹੋ ਜਾਂਦੀਆਂ ਨੇ, ਗੰਦੇ ਨਾਲਿਆਂ ਦੇ ਵਿੱਚ ਰੁੜ ਕੇ ਫਸਲਾਂ ਚਲੀ ਜਾਂਦੇ ਨੇ। ਸਿੱਧੀ ਗੱਲ ਹੈ, ਜੇਕਰ ਤੁਸੀਂ ਲੋਕਾਂ ਦਾ ਭਲਾ ਕਰਨਾ, ਪਰ ਲੋਕਾਂ ਦਾ ਭਲਾ ਨਹੀਂ ਨਾ ਕਰਨਾ, ਅਸੀਂ ਪ੍ਰਚਾਰ ਕਰਨਾ, ਜੇਕਰ ਲੋਕਾਂ ਦਾ ਭਲਾ ਕਰਨਾ, ਸਿੱਧੀ ਗੱਲ ਹੈ, ਤੁਸੀਂ ਤੁਹਾਡੇ ਕੋਲ ਹਰੇ ਪੈਂਦੇ ਨੇ, ਤੁਹਾਡੇ ਕੋਲ ਲਾਲ ਪੈਂਦੇ ਨੇ, ਤੁਹਾਡੇ ਕੋਲ ਕਾਲੇ ਪੈਂਦੇ ਨੇ, ਤੁਸੀਂ ਦਿਓ ਨੌਕਰੀਆਂ, ਤੁਸੀਂ ਕਰੋ ਰੁਜ਼ਗਾਰ ਪੈਦਾ, ਪੰਜਾਬ ਦੇ ਕਰਜ਼ੇ ਦੇ ਲਈ ਕਮਾਰੋ, ਭਾਰਤ ਦੇ ਕਰਜ਼ੇ ਦੇ ਲਈ ਕਮਾਰੋ, ਸੈਂਟਰ ਗੌਰਮੈਂਟ ਕਹਿੰਦੀ ਸੀ 2 ਕਰੋੜ ਰੁਜ਼ਗਾਰ ਪੈਦਾ ਕਰਾਂਗੇ, ਸੂਬੇ ਦੀ ਸਰਕਾਰ ਕਹਿੰਦੀ ਸੀ 2 ਲੱਖ ਨੌਕਰੀਆਂ ਦੇਵਾਂਗੇ, ਤੇ ਇਸ ਤੋਂ ਇਲਾਵਾ ਹੋਰ ਕਿੰਨੇ ਕੰਮ ਨੇ ਕਰਨ ਵਾਲੇ, ਕਰੋ ਕੱਚੇ ਬੰਦੇ ਪੱਕੇ। ਜੇਕਰ ਲੋਕਾਂ ਦੇ ਭਲੇ ਦੀ ਗੱਲ ਆਉਂਦੀ ਹੈ ਕਿ ਲੋਕਾਂ ਦੇ ਭਲੇ 'ਚ ਤਾਂ ਫਿਰ ਬਹੁਤ ਕੁਛ ਆ ਜਾਂਦਾ ਨਾ, ਤੁਸੀਂ ਕਹਿੰਦੇ ਹੋ ਸਰਕਾਰੀ ਸਕੂਲਾਂ ਨੂੰ MNS ਬਣਾਵਾਂਗੇ, ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹੇ ਨੇ, ਤਾਂ ਸਕੂਲਾਂ ਦੇ ਹਾਲਤ ਦੇਖ ਲਓ ਕੀ ਹੈ, ਸੈਂਟਰ ਗੌਰਮੈਂਟ ਕਹਿੰਦੀ ਸੀ ਕਿ ਜਿਹੜਾ ਐਜੂਕੇਸ਼ਨ ਦਾ ਮਾਡਲ ਹੈ ਸਾਰੇ ਦੇਸ਼ ਦੇ ਵਿੱਚ ਮਾਡਲ ਹੋਊਗਾ, ਉਹ ਮਾਡਲ ਤੁਹਾਡੇ ਸਾਹਮਣੇ ਮੱਧ ਪ੍ਰਦੇਸ਼ ਦੇ ਵਿੱਚ ਦੇਖ ਲਓ ਕੱਲ੍ਹ ਕੀ ਹੋਇਆ। ਗੱਲ ਤਾਂ ਮਤਲਬ ਲੋਕਾਂ ਦੇ ਭਲੇ ਦੀ ਗੱਲ ਨਹੀਂ ਹੈਗੀ, ਪਰ ਇਹਦਾ ਇਹ ਕਿ ਜਿਹੜੀ ਆਪਣੀ ਸ਼ਕਤੀ ਹੈ ਉਸ ਸ਼ਕਤੀ ਦੇ ਉੱਪਰ ਕੰਟਰੋਲ ਕਿਵੇਂ ਰੱਖਣਾ, ਯਾਨੀ ਕਿ ਜਿਹੜੀ ਵੱਡੀ ਪਾਵਰ ਹੈ ਉਹ ਪਾਵਰ ਦਬਾਉਣ 'ਤੇ ਲੱਗੀ ਹੋਈ ਹੈ, ਸੈਂਟਰ ਸਟੇਟ ਨੂੰ ਦੱਬਣ 'ਤੇ ਲੱਗਿਆ ਹੋਇਆ, ਜਿਹੜਾ ਸਟੇਟ ਹੈ ਇਹ ਵਿਰੋਧੀ ਧਿਰ ਨੂੰ ਦੱਬਣ 'ਤੇ ਲੱਗਿਆ ਹੋਇਆ। ਬਿਲਕੁਲ ਉਹੀ ਗੱਲ ਹੈ, ਹੁਣ ਤਾਂ ਏਦਾਂ ਹੋ ਗਿਆ ਨਾ ਵੀ ਹਰ ਇੱਕ ਚੀਜ਼ ਆਪਣੇ ਕਬਜ਼ੇ 'ਤੇ ਕਰ ਲਓ, ਜਿਹਦੇ ਨਾਲ ਸੱਤਾ ਤੇ ਕਾਬਜ਼ ਹੋਇਆ ਜਾ ਸਕਦਾ, ਕੁਛ ਵੀ ਹੈ ਚਾਹੇ ਉਹਤੇ ਕਬਜ਼ਾ ਕਰ ਲਓ। ਤੁਸੀਂ ਗੱਲ ਕਰਦੇ ਹੋ ਸੈਂਟਰ ਪਾਉਣ ਦੀ, ਇੱਥੇ ਐਜੂਕੇਸ਼ਨ ਦਾ ਮਾੜਾ ਹਾਲ ਹੈ, ਸਿਹਤ ਸਹੂਲਤਾਂ ਦਾ ਮਾੜਾ ਹਾਲ ਹੈ, ਤੁਸੀਂ ਕਹਿੰਦੇ ਮੰਡੀਆਂ 'ਚ ਕਣਕ ਫਸਲ ਰੁਕ ਜਾਂਦੀ, ਰੁਕ ਜਾਂਦੀ ਹੈ, ਹੜ ਜਾਂਦੀ ਹੈ, ਸੈਂਟਰ ਨਹੀਂ ਹੈਗੇ। ਮੈਂ ਕਹਿੰਦਾ ਇੱਥੇ ਐਂਬੂਲੈਂਸ ਨੂੰ ਰਸਤਾ ਤੱਕ ਨਹੀਂ ਹੈਗਾ, ਇੱਕ ਬੰਦਾ ਟ੍ਰੈਫਿਕ ਦੇ ਵਿੱਚ ਐਂਬੂਲੈਂਸ ਦੇ ਵਿੱਚ ਦਮ ਤੋੜ ਜਾਂਦਾ, ਇੱਥੇ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈਆਂ ਤੱਕ ਨਹੀਂ ਹੈਗੀਆਂ, ਗਰੀਬਾਂ ਦੇ ਲਈ ਰੋਟੀ ਨਹੀਂ ਹੈਗੀ, ਜਿਹੜੀਆਂ ਮੁੱਢਲੀਆਂ ਲੋੜਾਂ ਨੇ ਜਮਾਂ ਬਿਲਕੁਲ ਵੀ ਹਾਂ ਇਹਨਾਂ ਤੋਂ ਬਿਨਾਂ ਤਾਂ ਇਨਸਾਨ ਜਿਉਂਦਾ ਹੀ ਨਹੀਂ ਨਾ ਰਹਿ ਸਕਦਾ, ਉਹ ਚੀਜ਼ਾਂ ਨਹੀਂ ਇਹਨਾਂ ਕੋਲ ਹੈਗੀ, ਉਹ ਚੀਜ਼ਾਂ ਕੌਣ ਮੁਹੱਈਆ ਕਰਾਊਗਾ? ਬਸ ਕੁਰਸੀਆਂ ਦੇ ਬੈਠਣ ਦੇ ਦਿਓ। ਸ਼ੁਰੂਆਤ ਵੀ ਪਰਮਿੰਦਰ ਜੀ ਉੱਥੋਂ ਹੀ ਹੋ ਰਹੀ ਹੈ, ਜਿਹੜੀ ਗੰਦੀ ਕਣਕ ਬਾਰਿਸ਼ ਦੇ ਵਿੱਚ ਗੰਦੀ ਹੋ ਜਾਂਦੀ ਹੈ, ਨਾਲਿਆਂ ਦੇ ਵਿੱਚ ਹੜ ਕੇ ਚਲੀ ਜਾਂਦੀ ਹੈ, ਉਸ ਕਣਕ ਨੂੰ ਸਟੇਟ ਸੁਕਾ ਕੇ 2 ਰੁਪਏ ਕਿਲੋ ਲੋਕਾਂ ਨੂੰ ਵੰਡਦੀ ਹੈ, ਜਦੋਂ ਉਹ ਕਣਕ ਖਾਣਗੇ ਤਾਂ ਫਿਰ ਐਂਬੂਲੈਂਸ ਨੂੰ ਰਸਤਾ ਕਿੱਥੋਂ ਮਿਲੂਗਾ? ਬਿਲਕੁਲ ਉਹ ਕਣਕ
ਔਰ ਇਹ ਕਣਕਾਂ ਦੀ ਤਾਂ ਬੋਰੀਆਂ ਗਾਇਬ ਕਰਕੇ ਬੰਦੇ ਗਾਇਬ ਹੋ ਜਾਂਦੇ ਨੇ। ਚਲੋ ਸ਼ੈੱਡਾਂ ਦੇ ਵਿੱਚੋਂ ਤੁਸੀਂ ਦੇਖੋਗੇ ਜਿਹੜੇ ਗੋਦਾਮਾਂ ਦੇ ਵਿੱਚੋਂ ਜਿਹਨਾਂ ਦੇ ਉੱਤੇ ਕੰਟਰੋਲ ਇਹਨਾਂ ਦਾ 24 ਘੰਟੇ ਸਿਕਿਉਰਿਟੀ ਆ, ਸਟਾਫ ਆ, ਉੱਥੋਂ ਬੰਦਾ ਗਾਇਬ ਕਰ ਦਿੰਦਾ ਕਣਕਾਂ ਦੇ ਥੱਲੇ ਫਸਲਾਂ। ਉਹ ਚੀਜ਼ਾਂ ਸਾਰੀਆਂ ਦੇਖਣੀਆਂ ਪੈਣੀਆਂ ਨੇ ਸਰਕਾਰਾਂ। ਆਪਾਂ ਕਹਿੰਦੇ ਸਰਕਾਰਾਂ ਨੂੰ ਦੋਸ਼ ਦੇਈ ਜਾਂਦੇ ਆ, ਇੱਕ ਦੋ ਬੰਦੇ ਦੇ ਹੋਰ ਕਹਿੰਦੇ ਸਰਕਾਰਾਂ ਸਾਰਾ ਕੁਛ ਜੇ ਭਾਈ ਨਹੀਂ ਕਰ ਸਕਦੇ ਸਰਕਾਰਾਂ ਪੜਦੀਆਂ ਕਿਉਂ ਨੇ, ਕਿਉਂ ਆਉਂਦੇ ਨੇ ਕਿ ਕਰਨਾ ਨਹੀਂ ਤੇ ਜ਼ਿੰਮੇਵਾਰੀ ਇਹਨਾਂ ਦੀ, ਕੌਣ ਕਰੂਗਾ ਇਹਨਾਂ ਦੀ ਜ਼ਿੰਮੇਵਾਰੀ ਪੂਰੀ? ਇਹਨਾਂ ਤਾਂ ਨੀ ਹੈਗਾ ਵੀ ਜਿੱਤ ਕੇ ਏਸੀਆਂ 'ਚ ਬਹਿ ਜਾਓ, ਜਾ ਕੇ ਘਰਾਂ 'ਚ ਮਿਲੋ ਇਹਨਾਂ ਲੋਕਾਂ ਨੂੰ, ਫੋਨ ਇਹਨਾਂ ਚੱਕੋ, ਤਨਖਾਹਾਂ ਨਾ ਦਿਓ, ਠੀਕ ਹੈ, ਜਾਂ ਪੜ੍ਹਾਈ ਕੌਣ ਪੜ੍ਹ ਰਿਹਾ ਕੌਣ ਨਹੀਂ ਪੜ੍ਹ ਰਿਹਾ, ਜਾਂ ਰੁਜ਼ਗਾਰ ਕਿੱਥੇ ਹੈ ਕਿੱਥੇ ਨਹੀਂ ਸਾਡੀ ਉਹ ਪੁੱਛੋ ਹੀ ਨਾ ਲੋਕਾਂ ਨੂੰ। ਇਹਨਾਂ ਨੇ ਤਾਂ ਕਤੂਬਰ ਕੱਢਤਾ ਲੋਕਾਂ ਦਾ, ਇਹ ਸਿਆਸੀ ਬੰਦਿਆਂ ਨੇ ਲੋਕਾਂ ਨੂੰ ਸਭ ਕੁਛ ਸਿਖਾਉਣਾ ਚਾਹੀਦਾ। ਲੋਕ ਖੜੇ ਹੋਣਗੇ ਤਾਂ ਹੀ ਕਿਤੇ ਇਹਨਾਂ ਨੂੰ ਅਕਲ ਇਹਨਾਂ ਦੀ ਟਿਕਾਣੇ ਆਊਗੀ। ਜੀ ਜੀ ਪਰਮਿੰਦਰ ਜੀ, ਅਗਲੀ ਖ਼ਬਰ ਹੈਗੀ ਕਿ ਅਕਾਲੀਆਂ ਤਾਂ ਕਹਿੰਦੇ ਕਿ ਬੀਜੇਪੀ ਨਾਲ ਇੱਕ ਵਾਰ ਫਿਰ ਅਲਾਇੰਸ ਹੋ ਸਕਦਾ, ਤੇ ਇੱਕ ਗੱਲ ਵੀ ਨਿਕਲ ਕੇ ਚੱਲਦੀ ਹੈ ਕਿ ਹੋ ਸਕਦਾ ਜਿਹੜੀ ਸੈਂਟਰ ਗੌਰਮੈਂਟ ਹੈ ਉਹ ਗੌਰਮੈਂਟ ਸੁਖਵੀਰ ਬਾਦਲ ਨੂੰ ਕੈਬਨਿਟ ਦੇ ਵਿੱਚ ਲੈ ਲਏ। ਆਹ ਵੀ ਕਨਾੜ ਨਾਲ ਗੱਲ ਹੈਗੀ ਹੈ। ਤੇ ਵੱਡੀ ਗੱਲ ਇਹ ਹੈ ਕਿ ਜਦੋਂ 3 ਖੇਤੀ ਕਾਨੂੰਨ ਆਏ ਸੀ ਉਦੋਂ ਅਕਾਲੀ ਦਲ ਅਲਾਇੰਸ ਦੇ ਵਿੱਚੋਂ ਬਾਹਰ ਹੋ ਗਿਆ ਸੀ। ਹਰਸਿਮਰਤ ਕੌਰ ਬਾਦਲ ਨੇ ਜਿਹੜੀ ਫੂਡ ਪ੍ਰੋਸੈਸਿੰਗ ਮਿਨਿਸਟਰੀ ਸੀ ਉਹਦੇ ਤੋਂ ਅਸਤੀਫਾ ਦਿੱਤਾ ਸੀ, ਤੇ ਹੁਣ ਸੈਂਟਰ ਕਾਨੂੰਨ ਉਹ ਲੈ ਕੇ ਆਇਆ ਸੀ। ਅਕਾਲੀ ਦਲ ਨੇ ਸਪੋਰਟ ਕਰਤੀ ਸੀ ਕਿ ਕਾਨੂੰਨ ਇਹ ਬੜੇ ਚੰਗੇ ਨੇ, ਅਸੀਂ ਬੜੀ ਸਪੋਰਟ ਕਰਦੇ ਹਾਂ। ਅਖੀਰ ਵੇਲੇ ਦੇ ਵਿੱਚ ਵੱਡੇ ਬਾਦਲ ਸਾਹਿਬ ਤੋਂ ਵੀਡੀਓ ਪਵਾਤੀ ਸੀ ਕਿ ਕਾਨੂੰਨ ਆਹ ਬੜੇ ਚੰਗੇ ਨੇ, ਬਾਅਦ ਦੇ ਵਿੱਚ ਉਹ ਕਾਨੂੰਨ ਮਾੜੇ ਹੋ ਗਏ ਪਤਾ ਨੀ ਕਿਵੇਂ, ਬਾਅਦ ਦੇ ਵਿੱਚ ਫਿਰ ਸੈਂਟਰ ਨੂੰ ਉਹ ਗਾਲਾਂ ਵੀ ਦੇਣ ਲੱਗ ਗਏ। ਤੇ ਹੁਣ ਇੱਕ ਵਾਰ ਕਹਿੰਦੇ ਕਿ ਫਿਰ ਅਲਾਇੰਸ ਹੋਣ ਦੇ ਚਾਂਸ ਹੈਗੇ ਨੇ, ਹਾਲਾਂਕਿ ਆਫੀਸ਼ੀਅਲ ਪੋਸਟਿੰਗ ਕੋਈ ਹੈ ਨਹੀਂ, ਸੋਸ਼ਲ ਮੀਡੀਆ ਦੀ ਖ਼ਬਰ ਹੈ ਜਾਂ ਪ੍ਰਿੰਟ ਮੀਡੀਆ ਦੇ ਵਿੱਚ ਕਿਤੋਂ ਖ਼ਬਰ ਹੈ ਕਿ ਅਲਾਇੰਸ ਹੋ ਸਕਦਾ। ਪਰ ਇਹ ਗੱਲ ਤਾਂ ਕਲੀਅਰ ਹੈ ਕਿ ਜਿਸ ਤਰੀਕੇ ਦੇ ਰਿਜ਼ਲਟ ਰਹੇ ਸੀ 22 ਦੇ ਵਿੱਚ, ਉਦੋਂ ਤਾਂ ਭਾਜਪਾ ਨੂੰ ਲੱਗਦਾ ਤੇ ਅਕਾਲੀ ਦਲ ਨੂੰ ਲੱਗਦਾ ਕਿ ਸਾਡਾ ਤਾਂ ਅਲਾਇੰਸ ਦੇ ਵਿੱਚ ਹੀ ਗੁਜ਼ਾਰਾ, ਜੇਕਰ ਅਲਾਇੰਸ ਨਹੀਂ ਹੋਊਗਾ ਫਿਰ ਸਾਡਾ ਕੁਛ ਨਹੀਂ ਹੋਊਗਾ। ਦੇਖੋ ਇਹਦੇ 'ਚ ਦੋ ਰਾਵਾਂ ਦਾ ਹੈ ਹੀ ਨਹੀਂ ਕਿ ਜਿੱਦਾਂ ਪਿਛਲੇ ਕੁਛ ਦਿਨਾਂ ਤੋਂ ਕਹਿ ਲਓ ਕਿ ਖ਼ਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਅਲਾਇੰਸ ਹੋਊਗਾ ਜੀ, ਗੱਠਜੋੜ ਹੋਊਗਾ ਭਾਜਪਾ ਦਾ। ਮੈਂ ਤਾਂ ਫਿਰ ਗੱਲਾਂ ਉਹੀ ਆ ਜਾਂਦੀਆਂ ਨੇ ਮੁੜ ਕੇ ਟਕੇ ਕਿ ਜੇ ਜਿਹੜੇ ਸਿਆਸੀ ਬੰਦੇ ਨੇ ਨਾ, ਇਹ ਇਹਨਾਂ ਨੇ ਸਾਰਾ ਕੁਛ ਦਾਅ ਤੇ ਲਾ ਦਿੰਦੇ ਨੇ, ਇਹ ਲੋਕ ਹਿੱਤ ਕੀ, ਸੂਬੇ ਦੇ ਹਿੱਤ ਕੀ, ਲੋਕਾਂ ਦੇ ਹੱਕ ਕੀ, ਲੋਕਾਂ ਦੀ ਰੋਜ਼ੀ ਰੋਟੀ, ਰੁਜ਼ਗਾਰ, ਪੈਸਾ, ਲੋਕਾਂ ਦੀ ਪੜ੍ਹਾਈ ਆ, ਲੋਕਾਂ ਦੀ ਡਿਵੈਲਪਮੈਂਟ ਜਾਂ ਉਹਨਾਂ ਦੇ ਵਿਕਾਸ ਕਿਵੇਂ ਕਰਨਾ, ਉਹ ਸਾਰੀਆਂ ਚੀਜ਼ਾਂ ਇਹ ਦਾਅ ਤੇ ਲਾ ਕੇ ਇਹ ਕੀ ਪਾੜਦੇ ਨੇ, ਸਾਨੂੰ ਕੁਰਸੀ ਮਿਲੇ। ਸੋ ਉਸ ਕੁਰਸੀ ਦੀ ਪ੍ਰਾਪਤੀ ਲਈ ਕੁਛ ਵੀ ਕਰ ਸਕਦੇ ਆ। ਜੇ ਆਪਾਂ ਕਹੀਏ ਕਿ ਅੱਜ ਮੈਂ ਕਹਿੰਦਾ ਜੇ ਭਾਜਪਾ ਤੇ ਅਕਾਲੀ ਇਕੱਠੇ ਹੋਣ ਦੀ ਗੱਲ ਕਰਦੇ ਆ, ਮੈਂ ਕਹਿੰਦਾ ਜੇ ਅਕਾਲੀ ਤੇ ਕਾਂਗਰਸ ਨੂੰ ਵੀ ਮੌਕਾ ਮਿਲੇ ਇਕੱਠੇ ਹੋਣ ਦਾ ਵੀ ਹੋ ਜਾਣਗੇ, ਜਿਹਨੂੰ ਲੱਗੇ ਕਿ ਸੱਤਾ 'ਚ ਅਸੀਂ ਆ ਸਕਦੇ ਹਾਂ ਇਕੱਠੇ ਹੋ ਕੇ ਤਾਂ ਹੋ ਜਾਣਗੇ। ਇਕੱਠੇ ਚੋਣਾਂ ਲੜੀਆਂ ਨੇ ਅਕਾਲੀ ਤੇ ਕਾਂਗਰਸ ਨੇ ਇਕੱਠੇ ਹੋ ਕੇ। ਹਾਂ ਨਹੀਂ ਕੋਈ ਉਹ ਅੱਜ ਵੀ ਕਹਿੰਦਾ ਮੈਂ ਪੰਜਾਬ 'ਚ ਵੀ ਲੜ ਸਕਦੇ ਨੇ, ਜਿਹਨਾਂ ਨੂੰ ਪਤਾ ਲੱਗੇ ਕਿ ਕਿਸੇ ਤੀਜੀ ਪਾਰਟੀ ਨੂੰ, ਚਾਹੇ ਉਹ ਆਮ ਆਦਮੀ ਪਾਰਟੀ ਦਾ ਨਾਂ ਲੈ ਦਓ ਸੱਤਾ 'ਚ, ਕਿ ਇਹਨੂੰ ਹਰਾਉਣ ਵਾਸਤੇ ਇਕੱਠੇ ਹੋਣਾ ਪੈਣਾ, ਸੀਟਾਂ ਵੰਡ ਕੇ ਲੜ ਲੈਣਗੇ ਇਹ। ਤੇ ਉਹਨਾਂ ਨੂੰ ਪਤਾ ਕਿ ਲੋਕ ਮੂਰਖ ਬਣ ਜਾਂਦੇ ਨੇ ਸਾਡੇ ਕਹੇ ਤੋਂ, ਲੋਕ ਸਾਡੇ ਤੇ ਭਰੋਸਾ ਕਰ ਲੈਂਦੇ ਨੇ, ਅਸੀਂ ਬਣਾਉਣਾ ਜਾਣਦੇ ਹਾਂ ਮੂਰਖ, ਤੇ ਅਸੀਂ ਫੇਰ ਸੱਤਾ। ਮਤਲਬ ਕਹਿਣ ਦਾ ਭਾਵ ਹੈ ਕੁਛ ਵੀ ਹੋ ਸਕਦਾ ਜੀ, ਇਹਦੇ 'ਚ ਕੋਈ ਦੋ ਰਾਵਾਂ ਹੀ ਨਹੀਂ ਹੈਗੀਆਂ। ਉਦੋਂ ਪੈਰ ਪਿੱਛੇ ਖਿੱਚਣਾ, 3 ਖੇਤੀ ਕਾਨੂੰਨਾਂ ਮਿਲੇ ਉਹ ਵੀ ਸਿਆਸਤ ਤੇ ਸੀ ਕੀ ਜੀ, ਜਦੋਂ ਪੈਰ ਵੀ ਕੀਤੀ 3 ਖੇਤੀ ਕਾਨੂੰਨਾਂ ਦੀ ਉਦੋਂ ਸਮਝ ਨਹੀਂ ਸੀਗੀ, ਪੁੱਛਿਆ ਜਾਵੇ ਇਹਨਾਂ ਨੂੰ ਕਿ ਉਦੋਂ ਸਮਝ ਨਹੀਂ ਸੀਗੀ, ਬਾਅਦ ਚ ਸਮਝ ਆਈ ਹੈ। ਇਹਦਾ ਮਤਲਬ ਜੇ ਸਮਝ ਸੀਗੀ ਉਦੋਂ ਪੈਰ ਵੀ ਕੀਤੀ, ਵੀਡੀਓ ਵੀ ਆਈ, ਤੁਸੀਂ ਪੱਖ ਪੂਰਦੇ ਰਹੇ, ਪ੍ਰੈਸ ਕਾਨਫਰੰਸਾਂ ਕਰਕੇ ਦਿਖਾਉਂਦੇ ਰਹੇ ਆ ਵੀ 3 ਖੇਤੀ ਕਾਨੂੰਨ ਬਹੁਤ ਵਧੀਆ ਨੇ, ਠੀਕ ਹੈ, ਜਦੋਂ ਅੰਦੋਲਨ ਸ਼ੁਰੂ ਹੋ ਗਿਆ ਫਿਰ ਅਸਤੀਫਾ ਦੇ ਕੇ ਅਸੀਂ ਕਿਸਾਨਾਂ ਨਾਲ ਖੜੇ ਹਾਂ, ਇਹ ਸਿਆਸਤ ਨਹੀਂ ਤਾਂ ਹੋਰ ਕੀ ਹੈ। ਦੂਜੀ ਗੱਲ, ਜੇ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਰਹੀ ਹੈ ਸੁਖਬੀਰ ਨੂੰ, ਬਾਦਲ ਨੂੰ, ਤੇ ਹੋਰ ਕੀ ਚਾਹੀਦਾ? ਸੈਂਟਰ ਦੇ ਵਿੱਚ ਹੱਥ ਪੈਂਦਾ, ਉੱਤੇ ਜਾਂਦੇ ਆ, ਫਿਰ ਜਿਹੜੇ ਆਹ ਛੋਟੀਆਂ ਮੋਟੀਆਂ ਜਾਂਚਾਂ ਜੇ ਉਹ ਹੁੰਦਾ ਉਦੋਂ ਉਹਦਾ ਫਿਰ ਨੇੜੇ ਵੀ ਨੀ ਲੱਗਣੀਆਂ। ਇਹ ਚੀਜ਼ਾਂ ਮਾਇਨੇ ਰੱਖਦੀਆਂ ਨੇ, ਛੋਟੀਆਂ ਨੀ ਹੈਗੀਆਂ, ਵੱਡੀਆਂ ਗੱਲਾਂ ਨੇ ਇਹ। ਅਲਾਇੰਸ ਹੋ ਸਕਦਾ, 7-5 ਇੱਕ ਦੀ ਗੱਲ ਚੱਲ ਰਹੀ ਹੈ, ਬਸਪਾ ਨਾਲ ਵੀ ਚੱਲ ਰਹੀ ਹੈ, ਇਹ 7 ਸੀਟਾਂ ਅਕਾਲੀ ਦਲ ਲੜ ਦੂ, 5 ਆਪਣਾ ਬੀਜੇਪੀ ਦੇ ਹਿੱਸੇ ਆਉਣਗੀਆਂ, 1 BSP ਦੇ ਹਿੱਸੇ ਆ ਸਕਦੀ ਹੈ। ਇਸ ਤਰ੍ਹਾਂ ਦੀਆਂ ਵੀ ਖ਼ਬਰਾਂ ਬਾਹਰ ਨਸ਼ਰ ਹੋ ਰਹੀਆਂ ਨੇ, ਆਪਾਂ ਕਹਿ ਸਕਦੇ ਹਾਂ ਕਿ ਹੋ ਸਕਦਾ, ਇਹਦੇ ਵਿੱਚ ਕੋਈ ਵੱਡੀ ਦੋ ਰਾਵਾਂ ਨਹੀਂ ਹੈਗੀਆਂ।
सत्ता के काबज होने लिए कुछ भी कर सकते हैं जी। सो परविंदर जी बहुत बहुत शुक्रिया विचार चर्चा के शामिल होने के लिए, धन्यवाद थोड़ा। शुक्रिया गुरजिंदर जी, धन्यवाद जी जी। सो दोस्तों तुसी साडे नाल लोकराज चैनल पंजाबी ते जुड़े हुए सी, खबरां टॉप दियां प्रोग्राम दे विच जिहड़ियां दिन भर दियां वड्डियां खबरां हुंदियां ने उहनां ते विचार चर्चा करदे आ। तुसी अपनी फीडबैक सानूं इहनां मामलियां दे उपर कॉमेंट बॉक्स विच भेज सकदे हो। तुसी जुड़े रहो थोड़े अपने चैनल लोकराज पंजाबी दे नाल। धन्यवाद।